ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਤੇ ਅਸੀਂ ਹਾਜ਼ਰ ਅੱਜ ਦਾ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਲੈ ਕੇ ਤੁਸੀਂ ਇਸ ਪ੍ਰੋਗਰਾਮ ਨੂੰ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਅਸੀਂ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਦੇ ਹਾਂ ਔਰ ਤੁਸੀਂ ਨਾਲ ਦੀ ਨਾਲ ਇਸ ਪ੍ਰੋਗਰਾਮ ਨੂੰ ਆਪਣੇ ਟੀਵੀ ਸੈੱਟ ਦੇ ਉੱਪਰ ਵੀ ਦੇਖਦੇ ਹੋ ਨਾ ਉੱਥੇ ਹੀ ਵਿਜ਼ਨ ਪੰਜਾਬ ਟੀਵੀ ਜਦੋਂ ਤੁਸੀਂ ਸਰਚ ਕਰੋਗੇ ਫੇਸਬੁੱਕ ਦੇ ਉੱਪਰ ਜਾ ਕੇ ਤਾਂ ਸਾਰੇ ਦੇ ਸਾਰੇ ਪ੍ਰੋਗਰਾਮ ਔਰ ਜਿਹੜਾ ਪ੍ਰੋਗਰਾਮ ਅਸੀਂ ਅੱਜ ਪੇਸ਼ ਕਰ ਰਹੇ ਹਾਂ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਇਹ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਫੇਸਬੁੱਕ ਦੇ ਉੱਪਰ ਜਦੋਂ ਲਾਈਵ ਤੁਸੀਂ ਜਾਓਗੇ ਦੇਖ ਸਕਦੇ ਸਾਰੇ ਪ੍ਰੋਗਰਾਮ ਔਰ ਲਿੰਕ ਵੀ ਜਿੰਨੇ ਵੀ ਅਸੀਂ ਪ੍ਰੋਗਰਾਮ ਅਸੀਂ ਪੇਸ਼ ਕਰਦੇ ਹਾਂ ਸਾਰੇ ਦੇ ਸਾਰੇ ਮੌਜੂਦ ਨੇ ਉੱਥੇ ਔਰ ਇਸ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਉਹ 7 ਤੋਂ 8 ਹੁੰਦਾ ਔਰ 905-790-9099 ਸਟੂਡੀਓ ਦਾ ਨੰਬਰ ਹੈ ਤੁਸੀਂ ਪ੍ਰੋਗਰਾਮ ਤੋਂ ਬਾਅਦ ਪ੍ਰੋਗਰਾਮ ਦੇ ਦੌਰਾਨ ਜਦੋਂ ਮਰਜ਼ੀ ਕਾਲ ਕਰਕੇ ਕੋਈ ਫੀਡਬੈਕ ਦੇਣੀ ਚਾਹੁੰਦੇ ਹਾਂ ਜਾਂ ਕੋਈ ਸਵਾਲ ਪੁੱਛਣਾ ਚਾਹੁੰਦੇ ਹਾਂ ਜਾਂ ਜਿੰਨੇ ਅਸੀਂ ਇੱਥੇ ਗੈਸਟ ਲੈ ਕੇ ਆਉਣੇ ਆ ਉਹਨਾਂ ਦਾ ਕੋਈ ਸੰਪਰਕ ਨੰਬਰ ਲੈਣਾ ਚਾਹੁੰਦੇ ਹਾਂ ਤਾਂ ਵੀ ਤੁਸੀਂ 905-790-9099 ਦੇ ਉੱਪਰ ਗੱਲ ਕਰਕੇ ਉਹ ਪ੍ਰਾਪਤ ਕਰ ਸਕਦੇ ਹਾਂ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਦੋਸਤੋ ਕਿ ਨਵੇਂ ਮਹਿਮਾਨ ਨੂੰ ਨਵੇਂ ਵਿਸ਼ੇ ਨੂੰ ਤੁਹਾਡੇ ਰੂਬਰੂ ਕੀਤਾ ਜਾਵੇ ਤਾਂ ਕਿ ਕੁਝ ਲੋੜੀਂਦੀ ਜਾਣਕਾਰੀ ਜਿਹੜੀ ਕਿ ਔਥੈਂਟਿਕ ਜਾਣਕਾਰੀ ਆ ਤੁਹਾਡੇ ਰੂਬਰੂ ਹੋ ਸਕੇ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਇਹੀ ਸਾਡਾ ਵਿਜ਼ਨ ਪੰਜਾਬ ਟੀਵੀ ਦੀ ਟੀਮ ਦਾ ਮਕਸਦ ਹੈ ਔਰ ਇਸ ਪਲੇਟਫਾਰਮ ਤੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨਾ ਵੀ ਹੋ ਸਕੇ ਔਥੈਂਟਿਕ ਔਰ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋਵੇ। ਸੋ ਇਸੇ ਲੜੀ ਦੇ ਵਿੱਚ ਜਾਣਕਾਰੀ ਦੇ ਤਹਿਤ ਜੋ ਇਮੀਗ੍ਰੇਸ਼ਨ ਨੂੰ ਲੈ ਕੇ ਕੋਵਿਡ-19 ਦੇ ਦੌਰਾਨ ਕੋਵਿਡ-19 ਨੇ ਜਿਵੇਂ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਕਰੋਨਾ ਮਹਾਂਮਾਰੀ ਦੀ ਤਾਂ ਪੂਰੀ ਦੁਨੀਆ ਦੇ ਵਿੱਚ ਇੱਕ ਇਹ ਕਹਿ ਲਓ ਕਿ ਪਲਟਾ ਮਾਰ ਕੇ ਰੱਖਤਾ ਤਹਿਸ ਨਹਿਸ ਕਰਕੇ ਰੱਖਤਾ ਚਾਹੇ ਕੋਈ ਬਿਜ਼ਨਸ ਹੋਣ ਚਾਹੇ ਉਹ ਜ਼ਿੰਦਗੀ ਹੋਵੇ ਅਤੇ ਚਾਹੇ ਜੀਵ ਜੰਤੂਆਂ ਦੀ ਗੱਲ ਕਰੀਏ ਵੀ ਉਹ ਇਕੱਲੇ ਮਨੁੱਖਾਂ ਦੀ ਨਹੀਂ ਜੀਵ ਜੰਤੂਆਂ ਉੱਪਰ ਵੀ ਇਸ ਚੀਜ਼ ਦਾ ਅਸਰ ਪਿਆ। ਸੋ ਅੱਜ ਜੋ ਅਸੀਂ ਵਿਸ਼ਾ ਤੁਹਾਡੇ ਸਨਮੁੱਖ ਕਰ ਰਹੇ ਹਾਂ ਉਹ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਕੈਨੇਡੀਅਨ ਇਮੀਗ੍ਰੇਸ਼ਨ ਜਾਂ ਕੈਨੇਡਾ ਇਮੀਗ੍ਰੇਸ਼ਨ ਨੂੰ ਲੈ ਕੇ ਆ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਇਮੀਗ੍ਰੇਸ਼ਨ ਦੀ ਤਾਂ ਸਭ ਤੋਂ ਪਹਿਲੇ ਨੰਬਰ 'ਤੇ ਪੰਜਾਬ ਦੇ ਨਾਲ ਅਸੀਂ ਜੁੜੇ ਹਾਂ ਸਾਡੀਆਂ ਤੰਦਾਂ ਪੰਜਾਬ ਨਾਲ ਜੁੜੀਆਂ ਤਾਂ ਅਸੀਂ ਦੇਖਦੇ ਹਾਂ ਕਿ ਸਟੂਡੈਂਟਸ ਜਿਹੜੇ ਕਿ ਬਹੁਤ ਹੀ ਵੱਡੀ ਤਾਦਾਦ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਪਹੁੰਚ ਰਹੇ ਸੀ। ਸੋ ਉਹਨਾਂ ਦਾ ਆਉਣਾ ਹੋਇਆ ਜਿਹੜਾ ਉਹ ਹੁਣ ਕੁਛ ਦਿਨਾਂ ਤੋਂ ਇਹ ਕਹਿ ਲਓ ਕਿ ਕੁਛ ਮਹੀਨਿਆਂ ਤੋਂ ਰੁਕਿਆ ਹੋਇਆ ਔਰ ਬਹੁਤ ਸਾਰੇ ਸਟੂਡੈਂਟਸ ਹੈ ਜਿਨ੍ਹਾਂ ਨੇ ਮਾਰਚ ਤੋਂ ਪਹਿਲਾਂ ਆਈਲੈਟਸ ਕਲੀਅਰ ਕਰ ਲਿਆ ਸੀ ਔਰ ਚੰਗੇ ਬੈਂਡ ਵੀ ਲਏ ਹੋਏ ਆ ਉਹ ਕੋਸ਼ਿਸ਼ ਕਰ ਰਹੇ ਆ ਕਿਸੇ ਤਰੀਕੇ ਨਾਲ ਅਪਰੋਚ ਕਰ ਰਹੇ ਆ ਕਿ ਸਾਨੂੰ ਪਤਾ ਲੱਗੇ ਕਿ ਕਦੋਂ ਸਕੂਲ ਜਾਂ ਕਾਲਜਸ ਓਪਨ ਹੋਣੇ ਆ ਤਾਂ ਅਸੀਂ ਆਪਣੀ ਐਡਮਿਸ਼ਨ ਕਰਵਾਈਏ ਅਤੇ ਸਾਨੂੰ ਜਿਹੜੀ ਹੈ ਉਹ ਵੀਜ਼ਾ ਮਿਲੇ ਸਾਨੂੰ ਫਲਾਈਟ ਮਿਲੇ ਅਤੇ ਅਸੀਂ ਕੈਨੇਡਾ ਜਾਈਏ ਕਿਉਂਕਿ ਹਰੇਕ ਦਾ ਇੱਕ ਆਪਣੇ ਇੱਕ ਸੁਪਨਾ ਹੁੰਦਾ ਬੱਚਿਆਂ ਦਾ ਵੀ ਪੇਰੈਂਟਸ ਦਾ ਵੀ ਕਿ ਕੈਨੇਡਾ ਦੇ ਵਿੱਚ ਜਾ ਕੇ ਸੈਟਲ ਹੋ ਜਾਈਏ। ਸੋ ਇਸੇ ਤਹਿਤ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਕੂਲ ਕਦੋਂ ਖੁੱਲ੍ਹਣਗੇ ਕਾਲਜਸ ਕਦੋਂ ਖੁੱਲ੍ਹਣਗੇ ਵੀਜ਼ਾ ਜਾਂ ਇਮੀਗ੍ਰੇਸ਼ਨ ਕਦੋਂ ਓਪਨ ਹੋਏਗੀ ਜਿਹੜੀਆਂ ਫਲਾਈਟਾਂ ਨੇ ਉਹ ਕਦੋਂ ਬਹਾਲ ਹੋਣਗੀਆਂ ਇਹ ਸਾਰੇ ਸਵਾਲ ਆ ਜਿਹੜੇ ਉਹ ਹਰੇਕ ਬੱਚੇ ਦੇ ਮਨ ਦੇ ਵਿੱਚ ਜਿਹੜਾ ਕਿ ਬੱਚਾ ਉੱਥੇ ਆਈਲੈਟਸ ਕਰਕੇ ਬੈਠਾ ਇੱਥੇ ਆਉਣ ਦੀ ਤਿਆਰੀ ਦੇ ਵਿੱਚ ਸੀ ਪਰ ਬਦਕਿਸਮਤੀ ਦੇ ਨਾਲ ਕਰੋਨਾ ਮਹਾਂਮਾਰੀ ਕਰਕੇ ਉੱਥੇ ਹੀ ਉਹ ਸਟੱਕ ਹੋ ਕੇ ਬੈਠ ਗਿਆ ਔਰ ਉਹਨਾਂ ਦੇ ਸਾਰੇ ਦੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਇਹ ਸਵਾਲ ਚੱਲਦੇ ਆ। ਅੱਜ ਉਹਨਾਂ ਸਵਾਲਾਂ ਦੇ ਲਈ ਕੈਡ ਇਮੀਗ੍ਰੇਸ਼ਨ ਤੋਂ ਮੇਘਨਾ ਢੀਂਗਰਾ ਜੀ ਉਚੇਚੇ ਤੌਰ 'ਤੇ ਬਹੁਤ ਬਿਹਤਰ ਜਾਣਕਾਰੀ ਲੈ ਕੇ ਆਏ ਔਰ ਮੈਂ ਤਾਕੀਦ ਕਰਦਾ ਕਿ ਜੇ ਤੁਹਾਡਾ ਕੋਈ ਮਿੱਤਰ ਪਿਆਰਾ ਤੁਹਾਡਾ ਬੱਚਾ ਤੁਹਾਡੇ ਰਿਸ਼ਤੇਦਾਰਾਂ ਦਾ ਕੋਈ ਨੇੜੇ ਤੇੜੇ ਦਾ ਕੋਈ ਬੱਚਾ ਹੈ ਔਰ ਉਹਨਾਂ ਨੇ ਆਈਲੈਟਸ ਕੀਤੀ ਔਰ ਤੁਹਾਨੂੰ ਵੀ ਕੋਈ ਸਵਾਲ ਪੁੱਛ ਰਿਹਾ ਵੀ ਕਦੋਂ ਸਕੂਲ ਕਾਲਜ ਓਪਨ ਹੋਣੇ ਆ ਇਮੀਗ੍ਰੇਸ਼ਨ ਜਾਂ ਵੀਜ਼ੇ ਕਦੋਂ ਓਪਨ ਹੋਣੇ ਆ ਤਾਂ ਤੁਸੀਂ ਤਾਂ ਵੀ ਜਿਹੜੀ ਇਹ ਜਾਣਕਾਰੀ ਅੱਜ ਜਿਹੜੀ ਮੇਘਨਾ ਢੀਂਗਰਾ ਜੀ ਨੇ ਤੁਹਾਡੇ ਨਾਲ ਸਾਂਝੀ ਕਰਨੀ ਹੈ ਜ਼ਰੂਰ ਆਪਣੇ ਬੱਚਿਆਂ ਨੂੰ ਆਪਣੇ ਨਾਲ ਦੇ ਰਿਸ਼ਤੇਦਾਰਾਂ ਦੇ ਬੱਚਿਆਂ ਨੂੰ ਜ਼ਰੂਰ ਪਾਸ ਔਨ ਕਰੋ ਔਰ ਸਵਾਗਤ ਕਰਦੇ ਹਾਂ ਮੇਘਨਾ ਢੀਂਗਰਾ ਜੀ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਟੂਡੀਓ। ਥੈਂਕ ਯੂ ਸੋ ਮਚ ਜੀ। ਥੈਂਕ ਯੂ ਜੀ। ਸੋ ਕੈਡ ਇਮੀਗ੍ਰੇਸ਼ਨ ਤੋਂ ਤੁਸੀਂ ਲੰਮੇ ਸਮੇਂ ਤੋਂ ਔਰ ਇੱਕ ਹੋਰ ਵੱਡੇ ਲੈਵਲ ਤੇ ਇੱਕ ਤਜਰਬਾ ਤੁਹਾਡਾ ਕਿ ਤੁਸੀਂ ਸੇਵਾਵਾਂ ਦਿੰਦੇ ਹੋ ਸਰਵਿਸਿਜ਼ ਦਿੰਦੇ ਹੋ। ਹਾਂਜੀ ਹਾਂਜੀ। ਔਰ ਪਿਛਲੇ ਦਿਨਾਂ ਦੇ ਵਿੱਚ ਵੀ ਮੈਨੂੰ ਲੱਗਦਾ ਕਿ 3 ਮਹੀਨੇ ਪਹਿਲਾਂ ਅਸੀਂ ਪ੍ਰੋਗਰਾਮ ਕੀਤਾ ਸੀ ਔਰ ਜਦੋਂ ਇਹ ਕੋਰੋਨਾ ਮਹਾਮਾਰੀ ਦਾ ਬੜਾ ਦੌਰ ਸ਼ੁਰੂ ਹੋਇਆ ਸੀ। ਬਿਲਕੁਲ ਬਿਲਕੁਲ ਜੀ। ਤੇ ਉਦੋਂ ਵੀ ਇਹੀ ਸਵਾਲ ਸਾਡੇ ਮਨਾਂ ਦੇ ਵਿੱਚ ਖਟਕ ਰਹੇ ਸੀ ਜ਼ਿਹਨ ਦੇ ਵਿੱਚ ਖਟਕ ਰਹੇ ਸੀ ਔਰ ਸਾਡੇ ਦਰਸ਼ਕਾਂ ਦੇ ਵਿੱਚ ਵੀ ਇਹੀ ਸੀ ਕਿ ਵੀ ਕਦੋਂ ਇਹ ਸਾਰਾ ਕੁਝ ਸੈਟਲ ਡਾਊਨ ਹੋਣਾ ਔਰ ਕਦੋਂ ਸਾਡੇ ਬੱਚਿਆਂ ਨੂੰ ਜਿਹੜਾ ਵੀਜ਼ਾ ਮਿਲਣਾ ਹੈ। ਹਾਂਜੀ। ਤਾਂ ਅੱਜ ਜੋ ਅਸੀਂ ਸਪੈਸੀਫਿਕ ਜਿਹੜੀ ਗੱਲ ਕਰਨੀ ਆ ਮੈਂ ਉਹ ਕਹਿਣਾ ਕਿ ਵੀ ਬੱਚਿਆਂ ਦੇ ਰਿਲੇਟਡ ਕਾਲਜਸ ਦੇ ਨਾਲ ਰਿਲੇਟਡ ਫਲਾਈਟ ਦੇ ਨਾਲ ਇਮੀਗ੍ਰੇਸ਼ਨ ਦੇ ਨਾਲ ਉਹ ਸਾਰੀਆਂ ਅੱਜ ਸਾਡੇ ਸਵਾਲ ਜਿਹੜੇ ਆਪਾਂ ਸ਼ੇਅਰ ਕਰਾਂਗੇ ਤੇ ਇੱਕ ਜਿਹੜਾ
काफ़ी ये कह लो कि भी चौकटे दे विच रख के मेन स्ट्रीम मीडिया के उपर भी उसकी काफ़ी चर्चा हो रही है एल एम आई ए फ्रॉड की। हाँ जी, सो वो फ्रॉड की भी अज जिक्र करांगे गल करांगे। सो शुरू करते हैं मैं आपां इमीग्रेशन दीयां सर्विसेज तो। हाँ जी, मोटे तौर पर दर्शकों को यह दस दो कि संखेप दे विच भी तुसीं किहड़ियां किहड़ियां सर्विसेज जिहड़ियां मुहैया करवाउणे आ, नाल दी नाल लगदे हत्थ अपना फोन नंबर भी दस्सिओ। डेफिनेटली जी, देखो कैड इमीग्रेशन तुहाडा स्टडी परमिट PR, तुहाडा वर्क परमिट, अपना स्पाउजल दे रिलेटेड जिस तरह हुंदे ने कोई रिफ्यूजी केसिस, फैमिली स्पॉन्सरशिप, सो ऑलमोस्ट हर तरह के साथ कोल हैगे ने केसिज आते हैं। और मेरा ऑफिस ब्रैम्पटन च भी हैगा वे, इंडिया च बिकॉज ऑफ कोविड हले बंद हैगा वे, लेकिन मेरे को हले उत्थे भी एजेंट्स ने, तुसी उत्थे भी कॉन्टैक्ट कर सकते हो उन्होंने। और मेरा नंबर इतों का हैगा है 289-801-5048, 299-801-5048। तुसी मैनू कदे भी कॉल कर सकते हो 289-801-5048। जी, सो दर्शकों मैं थानू अपने वालों और विजन पंजाब के इस मंच वालों भी अपील करदा कि तुसी किसी किस्म का थोड़े जहन च कोई इमीग्रेशन नाल संबंधित सवाल होया तो 905-790-9099 के उपर कॉल करके बिल्कुल लाइव तुसी हुण ही पुछ सकते हो। और तुसी एक नाल दी नाल मैं थानू होर भी यह दसना चाहना कि तुसी विजन पंजाब का हवाला दे के जदों तुसी मेघना ढींगरा जी नाल गल करोगे ना तो थानू यह फ्री कंसल्टेंट देंगे और उसकी कोई फीस नहीं होएगी। तुसी जदों मर्जी इन्हां नूं कॉल करके मैसेज करके पुछ लो भी कदों किहड़े टाइम असीं तुहाडे नाल गल करिए। सो तुसी फ्री दे विच इन्हां नाल गल करके सारी तुहाडे अपनी सिचुएशन अपने सवाल बात वो भी पुछ सकते हैं। और अज जे तुसी कोई सवाल करना तो 905-790-9099 ते करना ते आओ फिर चर्चा करते हैं इमीग्रेशन नाल संबंधित सवालों बारे। ठीक है जी। सो स्टडी वीज़ा नूं लैके जिवें कि मैं पहला अनाउंस कीता कि बच्चों के खास करके पेरेंट्स के जहन दे विच है कि भी आईलेट्स करी बैठे है बच्चे, और उन्हां दा कईआं दा तां इह वी है कि भी उन्हां दा वीज़ा भी लग गया सी और 18 मार्च तो पहला जिहड़े है ओह आउण लई तैयार पर तैयार सी, पर एकदम जदों इह सारा सिस्टम चलिया कोरोना महामारी ने ओह ठप्प करता, फ्लाइट्स जिहड़ियां बिल्कुल शट डाउन हो गईआं ते एयरपोर्ट जिहड़े बंद हो गए, फिर जिहड़ियां बच्चे बच्चियां ने आईलेट्स करके कुछ अपना ही सोचा खुशहाल कंट्री और बहुत इन्हें हेल्प की है इस कोविड के अंदर आके, असं न्यूज़ में हर पास सुनते पे हाँ। तो इतों के कॉलेजेस ने यह कर दिता है कि सब बच्चों जिस तरह स्कूल के बच्चे सारे अपने बच्चे इतों के है उन्होंने सब की जी एजुकेशन ऑनलाइन कर दी है जी। ठीक है, ऑनलाइन के नाल वो कितने भी बैठे होन वो अपनी स्टडीज़ कर सकते हैं। ठीक है, इस दे उपर कैनेडा ने एक होर अच्छी इमीग्रेशन एक होर अच्छी चीज़ निकाली है, उन्होंने स्टडी परमिट को दो हिस्से डिवाइड करता हूँ। अच्छा, ये हूँ है ना 18 मार्च तो बाद वाले बच्चों की। ठीक है, जो होया भी अप्रूव होया उदों भी और उस तो बाद वालों का भी, जिन्हां ते अप्रूव हो गया वो हले भी ट्रैवल कर सकते हैं। तो पहले मैं इस गल दस दी 18 मार्च तो पहला वाले जिन्हां दा अप्रूव हो चुका हाँ जी वो ट्रैवल कर सकते हैं, वो ट्रैवल कर सकते ने। इहदी मैं हुण दस दी कि रीसेंटली न्यूज़ यही आई है, अपडेट अज ही आई है कि इमीग्रेशन वाले मिनिस्टर ने यही हले लैटर आई है, वो पोस्ट मतलब आई है कि वह हले पब्लिक की डिटेल्स लैके पब्लिक हेल्थ दियाँ CBSE दियाँ हर पासों गल करके वह कर रहे हैं कि जेडे बच्चे इत्थे आके पढ़ना चाहन वो आ सकते। उसके पिछे रीजन की है क्योंकि मेरे को चर्चा करते हैं तुसी इसे नू लड़ी नू आपां अगे। डेफिनेटली जी। जी सत श्री अकाल जी, स्वागत है जी तुहाडा प्रोग्राम दे विच। जी सत श्री अकाल जी, स्वागत है जी तुहाडा प्रोग्राम दे विच।
माफ करना ਤੁਹਾਡਾ ਕੋਈ ਜੇ ਕੋਈ ਕਨਸਰਨ ਹੈ ਇਮੀਗ੍ਰੇਸ਼ਨ ਨਾਲ ਸੰਬੰਧਿਤ ਤਾਂ ਤੁਸੀਂ ਕਾਲ ਕਰਕੇ ਸਵਾਲ ਕਰ ਸਕਦੇ ਹੋ। ਮੇਗਨਾ ਟਿੰਗਰਾ ਜੀ ਕੈਡ ਇਮੀਗ੍ਰੇਸ਼ਨ ਤੋਂ ਸਟੂਡੀਓ ਦੇ ਵਿੱਚ ਹਾਜ਼ਰ ਨੇ ਜੀ। ਅੱਛਾ ਤੇ ਉਹਦੇ ਵਿੱਚ ਸਿਨੈਰੀਓ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਕੇਸ ਦੱਸ ਰਿਹਾ ਕਿ ਜਿਸ ਤਰ੍ਹਾਂ ਮੈਂ ਕੋਈ ਰੀਸੈਂਟਲੀ ਇੱਕ ਫੈਮਿਲੀ ਵੀ ਆਈ ਹੈ ਕਿ ਉਹਨਾਂ ਦਾ ਬੱਚੇ ਦਾ ਸਟੱਡੀ ਪਰਮਿਟ ਅਪਰੂਵ ਹੈ, ਉਹਨੇ ਮਈ ਵਿੱਚ ਆਪਣਾ ਸੈਸ਼ਨ ਸਟਾਰਟ ਕਰਨਾ ਸੀਗਾ ਲੇਕਿਨ ਜਦੋਂ ਸਭ ਕੁਝ ਬੰਦ ਹੋ ਗਿਆ, ਕਾਲਜਸ ਯੂਨੀਵਰਸਿਟੀ ਸਕੂਲ ਸਭ ਬੰਦ ਹੋ ਗਏ ਤੇ ਕਾਲਜ ਵਾਲਾ ਨਹੀਂ ਉਸ ਦੀ ਸਟਾਰਟ ਨੂੰ ਅਗਸਤ 31 ਤੱਕ ਉਹਨੂੰ ਡੈਫਰ ਕਰ ਦਿੱਤਾ ਜੀ। ਠੀਕ ਹੈ, ਉਹਦਾ ਸਟੱਡੀ ਪਰਮਿਟ ਅਪਰੂਵ ਹੋਇਆ, ਹੁਣ ਉਹ ਆਉਣਾ ਚਾਹ ਰਿਹਾ, ਰੀਜ਼ਨ ਕੀ ਹੈ? ਅੱਜ ਗੱਲ ਦੇਖ ਲਓ ਜੀ। ਹਾਂਜੀ ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਕੋਈ ਸਵਾਲ ਕਰਨਾ ਚਾਹੁੰਦੇ ਹੋ ਤੁਸੀਂ? ਤੁਹਾਡੀ ਜਾਂ ਤਾਂ ਆਵਾਜ਼ ਬ੍ਰੇਕ ਹੋ ਰਹੀ ਹੈ ਜਾਂ ਕੋਈ ਕਾਰਨ ਕਰਕੇ ਤੁਹਾਡੀ ਆਵਾਜ਼ ਨਹੀਂ ਸਾਡੇ ਤੱਕ ਪਹੁੰਚ ਰਹੀ। ਹੈਲੋ, ਹੈਲੋ, ਮਾਫ ਕਰਨਾ, ਤੁਹਾਡੀ ਆਵਾਜ਼ ਜਿਹੜੀ ਆ ਪ੍ਰੋਪਰ ਨਹੀਂ ਆ ਰਹੀ। ਕੋਈ ਸਵਾਲ ਹੈ ਤਾਂ ਤੁਸੀਂ ਨਾਲ ਦੀ ਨਾਲ, ਜਦੋਂ ਤੁਸੀਂ, ਅਸੀਂ ਤੁਹਾਡਾ ਸਵਾਗਤ ਕਰਦੇ ਹਾਂ, ਤੁਸੀਂ ਨਾਲ ਦੀ ਨਾਲ ਸਵਾਲ ਰੱਖੋ ਤਾਂ ਕਿ ਜਿਹੜਾ ਸਮਾਂ ਹੈ ਉਹ ਸੀਮਤ ਹੈ, ਉਹਦਾ ਪੂਰਾ ਪੂਰਾ ਅਸੀਂ ਮੁੱਲ ਪਾ ਸਕੀਏ। ਠੀਕ ਹੈ, ਤੇ ਉਹਦੇ ਵਿੱਚ ਸਿਨੈਰੀਓ ਕੀ ਸੀਗਾ ਕਿ ਉਸ ਬੱਚੇ ਨੂੰ ਉਹ ਰਹਿੰਦਾ ਹੈ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਜੀ। ਠੀਕ ਹੈ, ਆਇਲਸ ਕਰ ਲਿੱਤਾ, ਸਟੱਡੀ ਪਰਮਿਟ ਅਪਰੂਵ ਹੋ ਗਿਆ, ਲੇਕਿਨ ਉੱਥੇ ਪ੍ਰੋਬਲਮ ਕੀ ਹੈ? ਉੱਥੇ ਇੰਟਰਨੈਟ ਨਹੀਂ ਹੈ। ਹੁਣ ਉਹ ਇੰਟਰਨੈਟ ਹੋਏਗਾ ਤਦ ਹੀ ਆਨਲਾਈਨ ਸਟੱਡੀਜ਼ ਕਰ ਸਕਦਾ ਵੇ। ਬਿਲਕੁਲ, ਔਰ ਇਸ ਚੀਜ਼ ਨੂੰ ਅੱਜ ਜਿਹੜੀ ਰੀਸੈਂਟ ਅਪਡੇਟ ਆਈ ਹੈ ਕਿ ਮਿਨਿਸਟਰ ਨੇ ਇਹੀ ਕਿਹਾ ਹੈ ਕਿ ਬਹੁਤ ਲੋਕ ਨੇ ਜਿਨ੍ਹਾਂ ਨੂੰ ਇੰਟਰਨੈਟ ਦੀ ਅਵੇਲੇਬਿਲਿਟੀ ਜਾਂ ਉੱਥੋਂ ਦੀ ਫੋਨਸ ਦੀ ਅਵੇਲੇਬਿਲਿਟੀ ਜਾਂ ਲੈਪਟਾਪ ਜੋ ਵੀ ਕਨੈਕਸ਼ਨ ਵਾਈਜ਼, ਮਤਲਬ ਡਿਵਾਈਸਿਸ ਦੀ ਗੱਲ, ਡਿਵਾਈਸਿਸ ਵਜੋਂ ਜੋ ਦਿੱਕਤ ਨੇ ਔਰ ਪ੍ਰੋਬਲਮ ਆ ਰਹੀ ਹੈ, ਉਹ ਇਹ ਚਾਹ ਰਹੇ ਨੇ ਕਿ ਹੁਣ ਬੈਟਰ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਇੱਕ ਐਕਸਟੈਂਸ਼ਨ ਦੇ ਦਿੱਤੀ ਜਾਵੇ ਕਿ ਤੁਸੀਂ ਇੱਥੇ ਆ ਜਾਓ। ਅੱਛਾ, ਠੀਕ ਹੈ, ਉਹਦੇ ਵਿੱਚ ਸਿਨੈਰੀਓ ਕੀ ਹੈ ਕਿ ਜਿਹੜਾ ਬੱਚਾ ਵੀ ਇੱਥੇ ਆਏਗਾ ਉਹਨੂੰ ਉਹੀ ਜਿਸ ਇਹਨਾਂ ਦਾ ਰੂਲ ਹੈਗਾ 14 ਦਿਨ ਕੁਆਰੰਟਾਈਨ ਕਰਨਾ ਹੀ ਕਰਨਾ ਸੀ। ਠੀਕ ਹੈ ਨਾ, ਹੁਣ ਉਹਦੇ ਵਿੱਚ ਕੀ ਹੈ ਕਿ ਜਦੋਂ ਉਹਨੇ ਏਅਰਪੋਰਟ ਤੋਂ ਨਿਕਲਣਾ ਹੈ ਉਹ ਆਪਣੀ ਹੀ ਟਰਾਂਸਪੋਰਟੇਸ਼ਨ ਲੈ ਕੇ ਨਿਕਲੇਗਾ। ਠੀਕ ਹੈ, ਠੀਕ ਹੈ, ਉਹ ਨਿਕਲ ਆਇਆ, ਉਹਨੇ 14 ਦਿਨ ਤੱਕ ਜੋ ਆਪਣਾ ਸਮਾਨ ਜਿੱਥੇ ਵੀ ਰਹਿਣਾ ਹੋਵੇ ਉਹਨੂੰ ਪੂਰਾ ਪਲਾਨ ਪਹਿਲਾਂ ਦੇਣਾ ਪਏਗਾ ਜਦੋਂ ਫਲਾਈਟ, ਕਿਉਂਕਿ ਕਾਫੀ ਬੱਚੇ ਹੋਏ ਨੇ ਜਿਨ੍ਹਾਂ ਨੂੰ ਉਹਨਾਂ ਨੇ ਵਾਪਸ ਵੀ ਭੇਜਿਆ ਏਅਰਪੋਰਟ ਤੋਂ ਕਿ ਉਹਨਾਂ ਨੂੰ ਡਿਨਾਈ ਕਰਤਾ, ਐਂਟਰੀ ਨਹੀਂ ਦਿੱਤੀ ਹੈ। ਅੱਛਾ, ਠੀਕ ਹੈ, ਇਹਨਾਂ ਨੇ ਕਿਹਾ ਕਿ ਤੁਹਾਨੂੰ ਉਹਦੇ ਹਿਸਾਬ ਨਾਲ ਜਿੱਥੇ ਤੁਸੀਂ ਰਹਿਣਾ ਹੋਵੇ ਆਪਣਾ ਪਲਾਨ, ਤੁਹਾਨੂੰ ਉਹਨਾਂ ਨੇ ਸਭ ਕੁਝ ਦੱਸਿਆ ਆਪਣੀ ਵੈਬਸਾਈਟ ਦੇ ਉੱਪਰ ਕਿ ਇਹ ਸਭ ਸਮਾਨ ਚਾਹੀਦਾ ਤੁਹਾਨੂੰ, ਤੁਸੀਂ ਗਰੋਸਰੀ ਕਰਨੀ ਚਾਹੁੰਦੇ ਤੁਸੀਂ ਆਨਲਾਈਨ ਕਰ ਲਓ, ਦੋਸਤਾਂ ਨੂੰ ਕਹਿ ਦਿਓ ਜਾਂ ਜਾਣ ਪਛਾਣ ਨੂੰ ਕਹਿ ਦਿਓ ਗਰੋਸਰੀ ਤੁਹਾਡੇ ਘਰ ਆ ਜਾਏਗੀ, ਤੁਹਾਡੇ ਦਰਵਾਜ਼ੇ ਦੇ ਬਾਹਰ, ਮਤਲਬ 14 ਦਿਨ ਤੱਕ ਤੁਸੀਂ ਕਿਸੇ ਦੇ ਨਾਲ ਵੀ ਇਨ ਟੱਚ ਨਹੀਂ ਰਹਿਣਾ ਫਿਜ਼ੀਕਲੀ। ਠੀਕ ਹੈ ਨਾ, ਬਾਈ ਫੋਨ ਔਰ ਐਵਰੀਥਿੰਗ ਹੋਊ, ਡਿਵਾਈਸਿਸ ਰੋਕ ਕੇ ਹੈ। ਦੂਸਰਾ, ਇੱਥੇ ਆ ਕੇ ਬੱਚੇ ਨੂੰ ਇੰਟਰਨੈਟ ਮਿਲ ਜਾਂਦਾ ਹੈ, ਸਭ ਕੁਝ ਹੋ ਜਾਂਦਾ, ਤੇ ਐਟਲੀਸਟ ਬੱਚੇ ਪੜ੍ਹਾਈ ਕਰ ਸਕਦੇ ਨੇ। ਸੋ ਦੈਟ ਇਜ਼ ਅ ਬੈਸਟ ਥਿੰਗ, ਕਿ ਆਨਲਾਈਨ ਸਟੱਡੀ ਵੀ ਕਰ ਸਕਦੇ ਹੋ, 14 ਦਿਨ ਜਿਹੜਾ ਕੁਆਰੰਟਾਈਨ ਕਰਨਾ ਉਹਦੇ ਵਿੱਚ ਵੀ ਸਟੱਡੀ ਹੋ ਸਕਦੀ ਹੈ। ਬਿਲਕੁਲ ਬਿਲਕੁਲ, ਕਿਉਂਕਿ ਹੁਣ ਜਿਸ ਤਰ੍ਹਾਂ ਸਾਡੇ ਬੱਚੇ ਦੇਖ ਲਓ ਜਾਂ ਕੋਈ ਅੱਜ ਕੱਲ੍ਹ ਜਿਹੜੇ ਬੱਚੇ ਵੀ ਹੈਗੇ ਨੇ ਉਹ ਵੀ ਆਪਣਾ ਇਹੀ ਕਰ ਰਹੇ ਜੀ। ਇੱਕ ਕਾਲ ਲੈ ਲਈ, ਹਾਂਜੀ ਹਾਂਜੀ, ਆਪਾਂ ਵਾਰ ਵਾਰ ਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਵਰਕ ਪਰਮਿਟ ਵਾਸਤੇ ਉਹ ਟਾਈਮ ਇਨਵੋਲਵ ਹੋਏਗਾ ਕਿ ਨਹੀਂ ਹੋਏਗਾ, ਮਤਲਬ ਜਿਹੜਾ ਜਿਹੜਾ ਸਮਾਂ ਉਹਨਾਂ ਨੇ ਪੰਜਾਬ ਦੇ ਵਿੱਚ ਬੈਠ ਕੇ ਸਟੱਡੀ ਕੀਤੀ ਹੈ ਕਿ ਉਹਦੇ ਬਾਰੇ ਤੁਸੀਂ ਪੁੱਛ ਰਹੇ ਹੋ ਕਿ ਵੀ ਉਹਨੂੰ ਉਹ ਕਾਊਂਟ ਕੀਤਾ ਜਾਏਗਾ? ਹਾਂਜੀ, ਜਿੱਦਾਂ ਮੈਂ ਕਹਿ ਰਹੇ ਹਾਂ ਤਾਂ ਕੋਰਸਿਸ ਕਰ ਲਓ ਨਾ ਘਰ ਬੈਠ ਕੇ ਜਿੱਥੇ ਤੁਸੀਂ ਹੈਗੇ ਹੋ ਜੀ, ਤੇ ਉਸ ਸਟੱਡੀ ਕਰਕੇ ਫਿਨਿਸ਼ ਕਰਕੇ ਸਭ ਕੁਝ ਹੋ ਗਿਆ ਤੇ ਫਿਰ ਜਿਹੜਾ ਵਰਕ ਪਰਮਿਟ ਮਿਲਣਾ ਆ ਉਹ ਫਿਰ ਉਹਦੇ ਵਰਕ ਪਰਮਿਟ ਉੱਥੇ ਇੰਡੀਆ ਹੀ ਮਿਲੇਗਾ ਤਾਂ ਫਿਰ ਉਹ ਇੱਥੇ ਆਣ। ਮੈਂ ਦੱਸਦੀ ਹਾਂ, ਬਹੁਤ ਸ਼ੁਕਰੀਆ, ਤੁਹਾਡਾ ਸਵਾਲ ਬੜਾ ਵੈਲਿਡ ਹੈ ਔਰ ਹੁਣ ਤੁਸੀਂ ਆਫ ਦੀ ਈਅਰ ਤੁਸੀਂ ਮੇਘਨਾ ਜੀ ਦਾ ਜਿਹੜਾ ਆਨਸਰ ਹੈ ਤੁਸੀਂ ਸੁਣ ਲਓ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ ਜੀ ਮੇਘਨਾ ਜੀ। ਬੜੀ ਅੱਛੀ ਗੱਲ ਕੀਤੀ ਉਹਨਾਂ ਨੇ ਕਿ ਮੈਂ ਸਭ ਪਹਿਲਾਂ ਸ਼ੁਰੂਆਤ 'ਚ ਵੀ ਕਹੀ ਸੀ ਜਿਹੜੇ ਬੱਚੇ ਉੱਥੋਂ ਸਟੱਡੀ ਕਰ ਰਹੇ ਨੇ ਉਹਨਾਂ ਦਾ ਸਟੱਡੀ ਪਰਮਿਟ ਪਹਿਲੇ ਅਪਰੂਵ ਹੋਣਾ ਜ਼ਰੂਰੀ ਹੈ, ਜਿਸੇ ਕਰਕੇ ਹੁਣ ਇਮੀਗ੍ਰੇਸ਼ਨ ਨੇ ਕੀ ਕੀਤਾ ਕਿ ਸਟੱਡੀ ਪਰਮਿਟ ਨੂੰ ਦੋ ਹਿੱਸਿਆਂ 'ਚ ਡਿਵਾਈਡ ਕਰਤਾ ਕਿ ਪਹਿਲਾ ਹਿੱਸਾ ਇਹ ਵੇ ਕਿ ਸਟੱਡੀ ਪਰਮਿਟ ਅਪਰੂਵ ਕਰਨਗੇ ਪਾਰਸ਼ਲ, ਕਿ ਤੁਹਾਡਾ ਸਟੱਡੀ ਪਰਮਿਟ ਅਪਰੂਵ ਹੋ ਗਿਆ, ਟਰੈਵਲ ਨਹੀਂ ਤੁਸੀਂ ਕਰ ਸਕਦੇ। ਠੀਕ ਹੈ, ਉਹਦੇ ਬੇਸਿਸ ਤੇ ਤੁਸੀਂ ਆਪਣਾ ਸਟੱਡੀਜ਼ ਕਰਦੇ ਰਹੋ। ਜਿਹੜਾ ਅਪਰੂਵ ਹੋਣੇ ਤੋਂ ਬਾਅਦ ਉਹਨਾਂ ਨੇ ਕੈਨੇਡੀਅਨ ਐਜੂਕੇਸ਼ਨ ਜਿਹੜੀ ਆਨਲਾਈਨ ਲਿੱਤੀ ਹੈ ਉਹ ਤੁਹਾਡਾ ਵਰਕ ਪਰਮਿਟ ਇਨਵੋਲਵ ਹੋਏਗਾ। ਅੱਛਾ, ਉਹ ਗਿਣਿਆ ਜਾਏਗਾ? ਡੈਫੀਨਿਟਲੀ 50% ਜਿਹੜਾ ਤੁਸੀਂ ਪੂਰੇ ਕੋਰਸ ਦਾ 50%, ਕਿਉਂਕਿ ਇਹਨਾਂ ਨੇ ਟਾਈਮ ਦਿੱਤਾ 31 ਦਸੰਬਰ ਤੱਕ ਦਾ,
ਜੋ ਗਵਰਨਮੈਂਟ ਦੱਸਿਆ 31 ਦਸੰਬਰ ਤੱਕ ਤੁਸੀਂ ਆਨਲਾਈਨ ਐਜੂਕੇਸ਼ਨ ਲੈ ਸਕਦੇ ਹੋ। ਉਸ ਬਾਅਦ ਵੇਟਿੰਗ ਕੇ ਰੂਲ ਕੀ ਚੇਂਜ ਹੁੰਦਾ ਹੈ ਉਹ ਤਾਂ ਦੇਖੀ ਜਾਏਗੀ ਦੋ, ਲੇਕਿਨ ਉਹਦੇ ਤੱਕ ਜਿਹੜਾ ਟਾਈਮ ਉਹ ਅਪਰੂਵ ਹੋਣੇ ਤੋਂ ਬਾਅਦ ਉਹ ਜਿਹੜੇ ਸਟੱਡੀ ਕਰ ਰਹੇ ਨੇ ਉੱਥੇ ਆਨਲਾਈਨ ਉਹਨਾਂ ਦੀ ਇਨਵੋਲਵ ਹੋਏਗੀ, ਕਿਉਂਕਿ ਉਹਦੇ ਬਾਅਦ ਇਹਨਾਂ ਨੇ ਇੱਥੇ ਆ ਕੇ ਅਗਲੀ ਆਪਣੀ ਫਰਦਰ ਸਟੱਡੀ ਕਰਨੀ ਹੈ। ਠੀਕ ਹੈ, ਹੁਣ 31 ਦਸੰਬਰ ਤੱਕ ਜਿਸ ਤਰ੍ਹਾਂ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਸੈਕਿੰਡ ਅਪਰੂਵਲ ਆਏਗਾ ਕਿ ਟਰੈਵਲ ਰੈਸਟ੍ਰਿਕਸ਼ਨਸ ਖਤਮ ਹੋ ਗਈਆਂ ਨੇ, ਤਦ ਉਹਨਾਂ ਦਾ ਸੈਕਿੰਡ ਅਪਰੂਵਲ ਹੋਏਗਾ ਕਿ ਹੁਣ ਤੁਸੀਂ ਤੁਹਾਡਾ ਸਟੱਡੀ ਪਰਮਿਟ ਟਰੈਵਲ ਡਾਕੂਮੈਂਟ ਤੁਹਾਨੂੰ ਮਿਲ ਗਿਆ, ਨਾਓ ਯੂ ਕੈਨ ਕਮ ਓਵਰ ਹੀ। ਅੱਛਾ, ਇਹ ਦੋ ਚੀਜ਼ਾਂ ਇਹਨਾਂ ਨੇ ਕਰ ਦਿੱਤੀਆਂ ਨੇ ਸਟੱਡੀ ਪਰਮਿਟ ਦੇ ਅੰਦਰ। ਜੋ ਸਾਡੇ ਕਾਲਮ ਨੇ ਸਵਾਲ ਕੀਤਾ ਸੀ ਕਿ ਵੀ ਜਿਹੜਾ ਉੱਥੇ ਸਮਾਂ ਬਤਾਇਆ, ਮੰਨ ਲਓ ਕਿ ਇੱਕ ਸਮੈਸਟਰ ਉਹਨਾਂ ਨੇ ਆਨਲਾਈਨ ਪੰਜਾਬ 'ਚ ਬੈਠ ਕੇ ਕਲੀਅਰ ਕਰ ਲਿਆ, ਬਟ ਇਟ ਸ਼ੁੱਡ ਬੀ ਆਫਟਰ ਸਟੱਡੀ ਪਰਮਿਟ ਅਪਰੂਵ ਹੋਣੇ ਤੋਂ ਬਾਅਦ। ਇਹ ਨਹੀਂ ਕਿ ਮੈਂ ਕਾਲਜ ਵਿੱਚ ਮੈਂ ਐਕਸੈਪਟੈਂਸ ਲੈਟਰ ਲੈ ਲਈ, ਮੈਂ ਆਨਲਾਈਨ ਐਜੂਕੇਸ਼ਨ ਕਰਨੀ ਸ਼ੁਰੂ ਕਰਤੀ, ਲੇਕਿਨ ਉਹਦੇ ਨਾਲ ਉਹ ਟਾਈਮ ਨਹੀਂ ਹੋਏਗਾ ਜਦ ਤੱਕ ਸਟੱਡੀ ਪਰਮਿਟ ਅਪਰੂਵ ਨਹੀਂ ਹੋਇਆ ਸਾਡਾ ਇਮੀਗ੍ਰੇਸ਼ਨ ਵਾਲੀ ਸਾਈਟ ਤੋਂ। ਅੱਛਾ, ਮਤਲਬ ਹਾਂਜੀ, ਕਾਲਜ ਨੇ ਜੇ ਤੁਹਾਨੂੰ ਕਹਿਤਾ ਕਿ ਤੁਸੀਂ ਆਨਲਾਈਨ ਘਰੇ ਬੈਠ ਕੇ ਆਪਣਾ ਤੁਸੀਂ ਸਾਨੂੰ ਤੁਸੀਂ ਕੋਰਸ ਕਰ ਸਕਦੇ ਹਾਂ, ਸਾਨੂੰ ਆਪਣੇ ਜਿਹੜੇ ਅਸਾਈਨਮੈਂਟ ਵਗੈਰਾ ਭੇਜਦੇ ਰਹੋ, ਹਾਂਜੀ, ਲੇਕਿਨ ਉਹਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਸਟੱਡੀ ਪਰਮਿਟ ਇਸ਼ੂ ਹੋਣਾ ਜ਼ਰੂਰੀ ਹੈ। ਡੈਫੀਨਿਟਲੀ ਐਕਸੈਪਟੈਂਸ ਪਰਮਿਟ ਦਾ ਬੇਸਿਕਲੀ ਜੇ ਆਪਾਂ ਮੋਟੇ ਤੌਰ ਤੇ ਸਮਝਣਾ ਹੋਵੇ ਤਾਂ ਹੁੰਦਾ ਕੀ ਆ? ਸਟੱਡੀ ਪਰਮਿਟ ਤੁਹਾਡਾ ਇੱਥੋਂ ਆਉਣ ਦਾ ਵੀਜ਼ਾ ਹੈ ਉਹ। ਅੱਛਾ, ਵੀਜ਼ੇ ਦੀ ਆਪਾਂ ਉਹਨੂੰ ਸਟੱਡੀ ਪਰਮਿਟ ਕਹਿੰਦੇ ਹਾਂ। ਦੈਟਸ ਯੋਰ ਵੀਜ਼ਾ, ਜਸਟ ਅ ਵਿਜ਼ਿਟਰ ਵੀਜ਼ਾ ਹੁੰਦਾ ਹੈ। ਆਪਾਂ ਵਿੱਚ ਸਟੂਡੈਂਟ ਵੀਜ਼ਾ ਕਹਿੰਦੇ ਹਾਂ। ਸਟੂਡੈਂਟ ਵੀਜ਼ਾ। ਉਹ ਵੀਜ਼ਾ ਅਪਰੂਵ ਹੋਣਾ ਜ਼ਰੂਰੀ ਹੈ। ਡੈਫੀਨਿਟਲੀ। ਤਾਂ ਫਿਰ ਜਿਹੜਾ ਜੇ ਮੰਨ ਲਓ ਕਿ ਜੇ ਉਹ ਸਟੱਡੀ ਵੀਜ਼ਾ ਹੈ ਉਹ ਅਪਰੂਵ ਨਹੀਂ ਹੋਇਆ, ਕਾਲਜ ਨੇ ਬੱਚੇ ਨੂੰ ਅਪਰੂਵ ਕਰਤਾ ਕਿ ਤੂੰ ਆਨਲਾਈਨ ਬੈਠ ਕੇ ਸਟੱਡੀ ਕਰ, ਹਾਂਜੀ, ਜੇ ਉਹਦੇ ਇੱਕ ਸਮੈਸਟਰ ਮੰਨ ਲਓ ਕਲੀਅਰ ਹੋ ਗਿਆ ਕਾਲਜ ਦੇ ਬਿਹਾਫ ਤੇ, ਹਾਂਜੀ, ਸਟੱਡੀ ਵੀਜ਼ਾ ਅਪਰੂਵ ਨਹੀਂ ਹੋਇਆ ਤਾਂ 6 ਮਹੀਨੇ ਬੇਕਾਰ ਗਏ। ਉਹ ਬੇਕਾਰ ਨੇ, ਉਹਦੀ ਆਪਣੀ ਸਟੱਡੀ ਆ ਬਸ, ਦੈਟਸ ਇਟ। ਉਹ ਆਪਣੇ ਪੈਸੇ ਦੇ ਕੇ ਉਹਨੇ ਸਟੱਡੀ ਲੈ ਲਈ, ਲੇਕਿਨ ਉਹਦਾ ਵਰਕ ਪਰਮਿਟ ਲਈ ਉਹ ਟਾਈਮ ਜਾਂ ਐਜੂਕੇਸ਼ਨ ਦੇ ਵਿੱਚ ਕੈਨੇਡੀਅਨ ਐਜੂਕੇਸ਼ਨ ਚ ਇਨਵੋਲਵ ਨਹੀਂ ਜਾਏਗਾ, ਬਿਲਕੁਲ ਨਹੀਂ ਇਨਵੋਲਵ ਹੋਏਗਾ। ਇਹ ਬੜੀ ਬਰੀਕੀ ਵਾਲੀ ਗੱਲ ਹੈ ਔਰ ਬੜਾ ਇਹ ਸਮਝਣ ਵਾਲੀ ਗੱਲ ਹੈ ਕਿ ਜਿੰਨਾ ਬੱਚਿਆਂ ਨੂੰ ਸਟੱਡੀ ਪਰਮਿਟ ਤੋਂ ਭਾਵ, ਕਿਉਂਕਿ ਪਹਿਲਾਂ ਮੈਂ ਵੀ ਕਨਫਿਊਜ਼ ਸੀ ਕਿ ਜਿਹੜਾ ਸਟੱਡੀ ਵੀਜ਼ਾ ਜਿਹਨੂੰ ਆਪਾਂ ਸਟੱਡੀ ਵੀਜ਼ਾ ਕਹਿੰਦੇ ਆ, ਜੇ ਉਹ ਇਮੀਗ੍ਰੇਸ਼ਨ ਵੱਲੋਂ ਅਪਰੂਵ ਨਹੀਂ ਹੋਇਆ, ਮੰਨ ਲਓ ਕਿ ਤੁਹਾਨੂੰ ਸਟੱਡੀ ਵੀਜ਼ੇ ਦੀ ਕੋਈ ਪਰਮਿਸ਼ਨ ਨਹੀਂ ਆਈ, ਕਨਫਰਮੇਸ਼ਨ ਨਹੀਂ ਆਈ, ਤੇ ਉਹਦੇ ਉਲਟ ਤੁਹਾਨੂੰ ਕਾਲਜ ਨੇ ਕਹਿਤਾ ਕਿ ਤੁਸੀਂ ਘਰੇ ਬੈਠ ਕੇ ਆਪਣੀ ਸਟੱਡੀ ਕਰ ਲਓ, ਪਰ ਤੁਹਾਨੂੰ ਸਟੱਡੀ ਵੀਜ਼ਾ ਹਜੇ ਅਪਰੂਵ ਨਹੀਂ ਹੋਇਆ, ਉਹ ਜਿਹੜੇ ਕੀਤੀ ਗਈ ਸਟੱਡੀ ਹੈ 4 ਮਹੀਨੇ 6 ਮਹੀਨੇ 2 ਮਹੀਨੇ ਉਹ ਕਿਸੇ ਵੀ ਖਾਤੇ 'ਚ ਨਹੀਂ ਗਿਣੇ ਜਾਏਗੀ। ਇੰਨਾ ਕੀ ਜ਼ਰੂਰ ਹੈ ਕਿ ਤੁਹਾਨੂੰ ਕਾਲਜ ਦੇ ਰੂਲ ਐਂਡ ਰੈਗੂਲੇਸ਼ਨ ਤੇ ਉਹਨਾਂ ਦੀ ਪੜ੍ਹਾਈ ਬਾਰੇ ਪਤਾ ਲੱਗ ਸਕਦਾ, ਲੇਕਿਨ ਸਟੱਡੀ ਵੀਜ਼ੇ ਦੇ ਵਿੱਚ ਉਹ ਜਿਹੜੇ ਦਿਨ ਨੇ ਮਹੀਨੇ ਨੇ ਉਹ ਕਾਊਂਟ ਨਹੀਂ ਹੋਣਗੇ, ਇਸ ਗੱਲ ਦਾ ਖਿਆਲ ਰੱਖਿਆ ਜਾਵੇ। ਜੀ, ਇਹਦੇ ਵਿੱਚ ਨੁਕਤਾ ਤੁਸੀਂ ਪੇਸ਼ ਕੀਤਾ ਔਰ ਅੱਗੇ ਆਪਾਂ ਚੱਲ ਕੇ ਥੋੜੀ ਜਿਹੀ ਹੋਰ ਬਰੀਕੀ ਦੇ ਵਿੱਚ ਗੱਲ ਕਰਨੀ ਆ। ਅਸਲ ਦੇ ਵਿੱਚ ਜਦੋਂ ਬੱਚੇ ਹੁਣ ਬੈਠੇ ਆ ਉੱਥੇ, 18 ਮਾਰਚ ਤੋਂ ਪਹਿਲਾਂ ਦੋ ਹਿੱਸਿਆਂ 'ਚ ਵੰਡਿਆ ਸੀ ਨਾ? ਨਹੀਂ ਨਹੀਂ, 18 ਮਾਰਚ ਤੋਂ ਪਹਿਲਾਂ ਜਿਹਨਾਂ ਦਾ ਅਪਰੂਵ ਹੋ ਗਿਆ ਉਹਨਾਂ ਵਾਸਤੇ ਹੁਣ ਕਾਲਜ ਕੀ ਕਰ ਰਿਹਾ, ਹੁਣ ਕਾਲਜ ਕਹਿ ਰਿਹਾ ਕਿ ਸਾਨੂੰ ਅਸੀਂ ਲੈਟਰ ਦੇ ਦਿੰਦੇ ਹਾਂ ਕਿ ਤੁਸੀਂ ਹੁਣ ਟਰੈਵਲ ਕਰ ਸਕਦੇ ਹੋ। ਰੀਜ਼ਨ ਕਿ ਹਾਂ ਤੁਹਾਡੀ ਕਨੈਕਟੀਵਿਟੀ ਇਸ਼ੂਜ਼ ਆਏ ਜਾਂ ਤੁਹਾਨੂੰ ਪ੍ਰੋਬਲਮਸ ਉੱਥੇ ਆ ਰਹੀਆਂ, ਠੀਕ ਹੈ, ਅਦਰਵਾਈਜ਼ ਤੁਸੀਂ ਆਪਣੀ ਸਟੱਡੀ ਉੱਥੇ ਕਰਦੇ ਰਹੋ, ਠੀਕ ਹੈ। ਉਹਦੇ ਵਿੱਚ ਤੁਸੀਂ ਲੈਟਰ ਦੇ ਕੇ ਉਸ ਬੱਚੇ ਦੀ ਅਸੀਂ ਅਪਲਾਈ ਕਰ ਸਕਦੇ ਹਾਂ ਕਿ ਹਾਂ ਬੱਚਾ ਆ ਜਾਵੇ ਇੱਥੇ। ਉਹ ਡਿਪੈਂਡ ਕਰਦਾ ਹੁਣ ਉਸਦੀ ਮੈਡੀਕਲ ਕੰਡੀਸ਼ਨ ਦੇ ਉੱਤੇ ਕਿ ਉਹਦੇ ਉੱਪਰ ਕੋਵਿਡ ਦਾ ਕੋਈ ਪਰੇਸ਼ਾਨੀ ਨਾ ਆਈ ਹੋਵੇ, ਏਅਰਲਾਈਨਸ ਦੇ ਉੱਪਰ ਓਬਵੀਅਸਲੀ ਏਅਰਲਾਈਨ ਦੇ ਟਿਕਟਸ ਕਾਫੀ ਮਹਿੰਗੀਆਂ ਨੇ, ਵੈਰੀ ਫਰੈਂਕਲੀ, ਜੇ ਉਹ ਕਰ ਸਕਦੇ ਡੈਫੀਨੇਟਲੀ ਕਰਨ। ਔਰ ਇੱਥੇ ਆ ਕੇ CBSE ਜਿਸ ਤਰ੍ਹਾਂ ਉਹਨੂੰ ਅਪਰੂਵ ਕਰੇਗਾ ਕਿ ਨਹੀਂ ਕਰੇਗਾ, ਔਰ ਉਸੇ ਵਾਸਤੇ ਹੀ ਅੱਜ ਹੀ ਜਿਹੜੀ ਅਪਡੇਟ ਆਈ ਹੈ ਕਿ ਮਿਨਿਸਟਰ ਕਹਿ ਰਿਹਾ ਕਿ ਉਹਨਾਂ ਨੂੰ ਅਪਰੂਵ, ਹਾਲੇ ਗੱਲ ਚੱਲ ਰਹੀ ਹੈ, ਇਟਸ ਨਾਟ ਰੂਲ ਅਪਰੂਵ ਨਹੀਂ ਹੋਇਆ, ਬਟ ਗੱਲ ਚੱਲ ਰਹੀ ਹੈ ਮਿਨਿਸਟਰ ਵੱਲੋਂ ਕਿ ਗੱਲ ਹੋ ਜਾਏਗੀ। ਮਤਲਬ ਇਹ ਸਿਰਫ ਇੱਕ ਅਨਾਉਂਸਮੈਂਟ ਆਈ ਹੈ, ਫਾਈਨਲ ਕੋਈ ਅਪਰੂਵਲ ਜਾਂ ਕੋਈ ਆਪਸ਼ਨ? ਹਾਲੇ ਨਹੀਂ, ਦੇ ਆਰ ਸਟਿਲ ਡਿਸਕਸਿੰਗ, ਬਟ ਉਹ ਕੋਸ਼ਿਸ਼ ਕਰ ਰਹੇ ਕਿ ਬੱਚਾ ਨੂੰ ਇੱਥੇ ਆ ਜਾਵੇ, ਕਿਉਂਕਿ ਕਾਲਜਸ ਵੀ ਪੂਰੀ ਹੈਲਪ ਕਰ ਰਹੇ ਨੇ ਕਿ ਤਾਂ ਉਹਨਾਂ ਦਾ ਕੰਮ ਹੋ ਜਾਵੇ। ਜਦੋਂ ਮੇਘਨਾ ਜੀ ਹੁਣ ਆਪਾਂ ਜੇ ਓਨਟੈਰੀਓ ਦੀ ਗੱਲ ਕਰੀਏ ਵੀ ਅਸੀਂ ਫੇਜ਼ 3 ਦੇ ਵਿੱਚ, ਫੇਜ਼ 3 ਦੇ ਵਿੱਚ ਅਸੀਂ ਇੰਟਰ ਹੋਣ ਜਾ ਰਹੇ ਹਾਂ, ਹਾਂਜੀ, ਔਰ ਉਦੋਂ ਜਦੋਂ ਫੇਜ਼ 3 ਦੀ ਗੱਲ ਕਰਦੇ ਹਾਂ, ਤੁਹਾਡੇ ਕੋਈ ਜ਼ਿਹਨ 'ਚ ਜਾਂ ਤੁਹਾਡੇ ਤਜਰਬੇ ਦੇ ਨਾਲ ਕੋਈ ਅਪਡੇਟ ਹੋਵੇ ਤਾਂ ਇਮੀਗ੍ਰੇਸ਼ਨ ਦਾ ਓਪਨ ਹੋਣਾ ਜਾਂ ਫਲਾਈਟਸ ਦਾ ਓਪਨ ਹੋਣਾ, ਬਹਾਲ ਹੋਣਾ ਕਿੱਥੋਂ ਕੁ ਤੱਕ ਲੱਗਦਾ ਵੀ ਸੰਭਵ ਹੈ? ਦੇਖੋ, ਇਹ ਵੈਰੀ ਫਰੈਂਕਲੀ ਬੜਾ ਵੱਡਾ ਕੁਐਸਚਨ ਤੁਸੀਂ ਮੈਨੂੰ ਪੁੱਛਿਆ ਹਾਲੇ, ਪਰ ਇਹ ਚੀਜ਼ ਹੁੰਦੀ ਹੈ ਕਿ ਫਲਾਈਟਸ ਡੈਫੀਨੇਟਲੀ ਜਿਹੜੀਆਂ ਕੰਪਨੀਜ਼ ਨੇ, ਜਿਹੜੀ ਏਅਰਲਾਈਨਸ ਹੈਗੀਆਂ ਨੇ, ਉਹ ਸ਼ੁਰੂਆਤ ਕਰਨਾ ਚਾਹ ਰਹੀਆਂ ਨੇ, ਠੀਕ ਹੈ, ਉਹ ਹਾਲੇ ਕਰ ਵੀ ਰਹੀਆਂ ਨੇ, ਏਅਰ ਇੰਡੀਆ ਦੀ ਆ ਰਹੀ ਹੈ, ਏਅਰ ਕੈਨੇਡਾ ਦੀ ਆ ਰਹੀ ਹੈ, ਵੈਸਟ ਜੈਟ ਦੀ ਆ ਰਹੀ ਹੈ, ਸਭ ਫਲਾਈਟਸ ਆ ਰਹੀਆਂ ਨੇ, ਠੀਕ ਹੈ। ਲੇਕਿਨ ਉਹ ਇਸ ਚੀਜ਼ ਦੇਖ ਰਹੇ ਕਿ ਜਿਸ ਤਰ੍ਹਾਂ ਨਿਊਜ਼ ਆਉਂਦੀਆਂ ਜਾਣਗੀਆਂ ਉਹ ਕਰਨਗੇ, ਕਿਉਂਕਿ ਉਹਨਾਂ ਨੇ ਇਹ ਵੀ ਕਹਿ ਦਿੱਤਾ ਜਿਸ ਤਰ੍ਹਾਂ ਏਅਰ ਕੈਨੇਡਾ ਦੇ ਅੰਦਰ ਜਾਂ ਆਪਣਾ ਏਅਰ ਇੰਡੀਆ ਦੇ ਅੰਦਰ ਵੀ ਕਿ ਉਹਨਾਂ ਨੇ ਹੁਣ ਸੋਸ਼ਲ ਡਿਸਟੈਂਸਿੰਗ ਨਹੀਂ ਕਰ ਰਹੇ, ਉਹ ਲੋਕ ਕਰੀ ਜਾ ਰਹੇ ਨੇ। ਹੁਣ ਇਹ ਤੁਹਾਡੇ ਉੱਪਰ ਡਿਪੈਂਡ ਕਰਦਾ, ਤੁਸੀਂ ਆਉਣਾ ਚਾਹ ਰਹੇ ਹੋ
नहीं आना चाह रहे हो टिकट का ख्याल है मास्क तुहानू पहनना पएगा सैनिटाइजेशन ये अपना आप नू साफ रखन दी गल है असीं खुद उस तरह चर्चा करते हैं बहुत शुक्रिया कॉल करने के लिए सवाल भी बड़ा तुसी वैलिड पूछा मैं थोड़ा थोड़े तो जानना चाहना कि वो बच्चे का वीजा लग्या हुआ है जी बहुत शुक्रिया कॉल करने के लिए और तुसी ऑफ द एयर जिहड़े सवाल पूछे ने उन्हां दा जवाब तुसी मेघना जी तो जान लो और जे अगर तुसी उस तो बाद भी कोई जानकारी लैनी चाहुंदे आ ना क्योंकि कई वारी साडे कोल प्रोग्राम दे विच जिहड़ा समां सीमित हुंदा तो प्रोग्राम तो बाद भी तुसी मेघना जी दे नाल सिद्धा संपर्क कर सकते हैं प्रोग्राम के दौरान नंबर एक दो वारी अनाउंस करनगे तुसी नोट कर देना शुक्रिया कॉल करने लई जी कॉलेज ने सारिया जो क्लास ने सितंबर तक या अगस्त 31 तक सितंबर तक स्टार्ट करना दस दिता हो जाए हुण ओहदे विच है जिस तरह रूल हैगा वे कि तुसीं जदों इत्थे आना वे तुहानूं इक लैटर चाहीदी है ठीक है ना कोई रीजन चाहिए इत्थे आने वास्ते तद ही तुहानूं होएगा और यह हुण तुसीं इह चीज़ ध्यान रखना उन्होंने मैं ये गल कहांगी इसका ध्यान रखन कि जिहड़ी अज न्यूज़ आई है मिनिस्टर दी और यह चीज़ ऑलरेडी मिनिस्ट्री तक पहुँच चुकी हुई है वह चाह रहे हैं कि इस चीज़ नूं रिजोल्व किया जाए वेरी रीसेंटली मैं कहनी हाँ लोंग वीकेंड आ रहा है हुण हो जाए या हफ्ते 10 तक हो जाए लेकिन इन्हां दी क्लास जिहड़ा शुरू हो जाएगा ऑनलाइन क्लासेस उन्होंने को बच्चे नु की डेफिनेटली स्टार्ट कर दें जिस तरह कॉलेज तो डिटेल्स जान दिया ने और एक गल मेरा जी मैं पहला आप जिक्र कीता सी कि इना ए बच्चे कोले जिन कॉलेज ने वो जिन दसया के बच्चे कोले वीजा है स्टडी वीजा है इदा मतलब ही ऑनलाइन लाएगी क्लास जिहड़ी ओदी वैलिड है और काउंट कीती जाएगी बिल्कुल कीती जाएगी और जिस तरह दसया कि उन्हें नर्सिंग दा कीता होया वे जो इत्थे आके स्टडी अपना हेल्थ वाइज कर रहा है और इत्थे आके उहदी जरूरत है राइट अवे कॉलेज स्टार्ट होण कॉलेज विच जाने दी कोई लैबोरेटरी का काम है कोई टेक्नीशियन का काम है मतलब जो कॉलेज कह रहे हैं कि तुहानू इत्थे आना ही पेगा कॉलेज ए लैटर जरूर देंदा है तुसी ए दिखा के अपनी टिकट लेके इत्थे आ सकदे क्योंकि देखा जाए तो वो एसेंशियल जिहड़े इट इज एसेंशियल दैन ओहदे विच इह बिल्कुल तो फिर भी मैं दर्शकों को दस दवा कि जे किसी किस्म का तुहाडा सवाल होया 905-790-9099 इस स्टूडियो का नंबर है और जे तुसीं बाद दे विच भी सवाल करना चाहते हैं कोई कंसर्न है तुहाडा तां तुसीं मेघना जी दे नाल उन्हां दे डायरैक्ट फोन नंबर ते तुसीं गल कर सकते मेघना जी नंबर अपना अनाउंस कर दिओ हाँ जी 289-801-5048 299-801-5048 जी बहुत बहुत शुक्रिया 299 ठीक बोले ना जी बिल्कुल ठीक क्योंकि आया ना इतने पढ़े लिखे आज कल वो 89 वाला ही रहता है क्योंकि 69 79 89 इन कंफ्यूजन रहती है तो छोटी ही ब्रेक ले लिए और उस तो बाद जड़ी और कंफ्यूजन है दर्शकों की भी दूर करिए डेफिनेटली तो छोटी ही ब्रेक तो बाद जल्द हाजिर होने आऊं गए और आऊं आए ब्रेक तो बाद फिर तो थोड़ा स्वागत है ते तुसी देख रहे हो विजन प्राइम टाइम शो सोमवार तो लेके वीरवार वाले दिन तक तो सेवा च असीं हाजिर हुंदे हां और इस प्रोग्राम दा जो समा हुंदा है
7 to 8 होया करता, और जे कोई सवाल प्रोग्राम के दौरान कोई भी विशा हो, कोई भी मेहमान हो, प्रोग्राम के दौरान कोई सवाल जां कोई सुझाव देना चाहते हैं, जां कोई तुहाडा कोई कंसर्न है, जां तुहाडे कोल कोई जानकारी है जिहड़ी लोगों तक पहुँचती करनी चाहते हैं, तो 905-790-9099 उपर कॉल करनी है। और किसी भी साढ़े गैसट का जड़े भी इतने साढ़े मेहमान आते हैं थोड़े रूबरू करते हैं, उन्होंने नंबर भी जो अगर तुम्हें चाहिए हो प्रोग्राम तो बाद 905-790-9099 उपर कॉल करके तुम किसी भी गैसट का किसी भी मेहमान का नंबर ले सकते हैं, ताकि थोड़ी हैल्प हो सके। और जो भी तुम किसी मेहमान को कॉल करो तो जरूर विजन पंजाब टीवी का हवाला देना, ताकि थोड़ी हैल्प होर भी दुगनी हो सके। सो इमीग्रेशन संबंधित गलबात हो रही है अज, और कैड इमीग्रेशन तो उचे तौर पर साढ़े मेघना ढींगरा जी स्टूडियो के हाजिर हुए हैं। देरी ना करते हुए आप सवाल का जो सिलसिला शुरू करते हैं। बच्चों संबंधित जेडे कि विद्यार्थी जिन्होंने आईलैट्स की है और पंजाब दे विच बैठे और उन्होंने एक जहन दे विच जेड़ा सवालिया निशान बनया हो कि कदों जावांगे, कदों साडा वीज़ा आएगा, जिन्हों का वीज़ा लग्या तो वह सोचते हैं कि कदों फ्लाइट्स जिहड़ियां ओपन होणगियां। वो सारे ही सवालों का जवाब देने दे लई अज मेघना ढींगरा जी स्टूडियो हाजिर होया। अगर तुहाडा कोई सवाल होया नंबर एको ही है 905-790-9099 के उपर कॉल कर सकते हो। सो एक बार फिर तो थोड़ा स्वागत है जी। थैंक यू जी। सो मेघना जी आप देरी ना करिए, थोड़ा संक्षेप के विच रख के जिहड़ी जानकारी आ वो होर भी बेहतर तरीके दे नाल दर्शकों तक पहुँचा दिए। ठीक है। कुछ बच्चों ने जिवें स्टडी वीज़ा आया होया सारा कुछ है तो पर लेकिन जो कॉलेज ने उन्होंने ऑफर लैटर भी भेज दी जे तुसी साडे वल्लों अप्रूव है और तुहानू असीं कहने आ कि तुसी ऑनलाइन स्टडी करो, लेकिन वो कुछ ये भी सुनन च आया कि उत्थे ऑनलाइन स्टडी करन दे लई राजी नहीं, कि भी असीं नहीं इस ऑनलाइन स्टडी करनी। और रीज़न तुसी दस ही दिता कि भी इंटरनेट का रीज़न हो गया, डिवाइसिस का रीज़न हो गया, बहुत होर भी सरकमस्टेंस हो सकते हैं, लेकिन कई बार ना भी रीज़न होंदे हुए तां भी उन्होंने ज़हन च है कि कैनेडा तो गए नहीं स्टडी क्यों इत्थे, तो ये तुसी खास तजर्बा रखते हैं तो मैं दसो भी दर्शकों भी ये गल सांझी करो कि जे वो अपने बैठ के उत्थे स्टडी करते हैं तो उन्होंने PR दे विच जां वर्क परमिट दे विच उसका फायदा हो सकता है। वैसे तुसी दस्या कि वो काउंट होएगा, हाँ जी, लेकिन किन्ना होएगा ये भी नाल दी नाल दसो। डेफिनेटली देखो जो उन्हां दा स्टडी परमिट अप्रूव हो गया, उन्हां दी ऑनलाइन स्टडी शुरू हो गई, मैं संक्षेप च दस रही हाँ, वो टाइम जो उन्होंने पढ़िया वो उन्हां दा पोस्ट ग्रेजुएशन वर्क परमिट जो सी वर्क परमिट सानू ग्रेजुएशन तो बाद मिलता वे उस दे विचों काउंट होएगा जी, क्योंकि वो 31 दिसंबर तक गवर्नमेंट ने कहा है 31 दिसंबर तक उन्होंने ऑनलाइन स्टडीज मिल सकदियां ने और कंटिन्यू कर सकते हैं। उस तो बाद जो रूल चेंज होएगा जो दिसंबर आएगी उस तो पहले सानू गवर्नमेंट दस देगी उहदे विच, ठीक है। हुण कई बार ये सिचुएशन होंदी है और पहली गल कि ये बच्चे कर रहे हैं, ऐसी गल नहीं है, जिन्हां नू दिक्कत आ रही है वो बच्चे आके पुछ भी रहे हैं, मतलब रिप्लाईज आते हैं, सो क्लाइंट्स आते हैं कि उन्होंने को डिवाइसिस की प्रॉब्लम है, तो उन्होंने लैटर दी जाती है, कॉलेज भी लैटर देता है, असी भी लैटर देने हाँ कि भैया यह सिनेरियो हैगा उत्थे। जिस तरह में कोई बच्चा सीगा तां जिस तरह पंजाब विच वो कोई लिटरी फोन हैगा और फोन दे विच पूरी एप्लीकेशन पूरी वैबसाइट नहीं खुलेगी, कुछ नहीं कर सकेगा, ना प्रिंट आउट निकलना ना कुछ निकलना, कोई ऑनलाइन कुछ डॉक्यूमेंट भी पढ़ लिख नहीं सकता, उसके वास्ते यही दिक्कत सी कि नहीं कर सकता, लैपटॉप विच भी कितना कर लेगा, टैदरिंग कर करके भी उसका भी मोटा बिल बन जाता है, ठीक है ना। तो उसके विच ये सिनेरियो है कि वो इतने आ सकते, उन्होंने असं कह रहे हैं कि तुम आ सकते हो क्योंकि तेरे को लैटर हैगी और तुम्हें कॉलेज भी बुला रहे हैं। लैटर तो भाव की ऑफर लैटर नहीं, लैटर तो कॉलेज लैटर देता है कि तुम इतने आके स्टडी करनी है और यह सिनेरियो है कि तेरे को डिवाइसिस या इंटरनेट की प्रॉब्लम हैगी। ਸਾਡੇ ਵਰਗੇ ਸਰਾਮੀ ਇਮੀਗ੍ਰੇਸ਼ਨ ਵਾਲੇ ਅਸੀਂ ਉਹਨਾਂ ਨੂੰ ਇੱਕ ਐਫੀਡੈਵਿਟ ਦੇ ਦਿੰਦੇ ਹਾਂ ਕਿ ਭਈ ਤੁਸੀਂ ਇੱਥੇ ਆ ਜਾਓ ਕਿਉਂਕਿ ਉੱਥੇ ਤੁਹਾਨੂੰ ਦਿੱਕਤ ਹੈਗੀ ਹੈ ਜੀ। ਹਾਂ ਹੁਣ ਕੋਈ ਨਹੀਂ ਆਉਣਾ ਚਾਹ ਰਿਹਾ ਜਾਂ ਕੋਈ ਸਿਨੈਰੀਓ ਹੈ ਤਾਂ ਐਟਲੀਸਟ ਉਸ ਸ਼ਹਿਰ 'ਚੋਂ ਨਿਕਲ ਕੇ ਕਿਸੇ ਵੱਡੇ ਸ਼ਹਿਰ 'ਚ ਚਲਾ ਜਾਵੇ, ਉੱਥੇ ਬੈਠ ਕੇ ਵੀ ਉਹ ਕੰਮ ਕਰ ਸਕੇ ਕਿ ਇਨ ਕੇਸ ਜਿਸ ਤਰ੍ਹਾਂ ਇੱਥੇ ਜਿਸ ਤਰ੍ਹਾਂ CBSE ਵਾਲੇ ਜਿਹੜੇ ਬੱਚਿਆਂ ਨੂੰ ਵਾਪਸ ਭੇਜ ਰਹੇ ਨੇ, ਇਨ ਕੇਸ ਜੇ ਉਹਦਾ ਕੇਸ ਅਪਰੂਵ ਨਹੀਂ ਹੁੰਦਾ ਜਾਂ ਉਹਨੂੰ ਟਰੈਵਲ ਨਹੀਂ ਕੀਤਾ ਤਾਂ ਮੈਂ ਇਹ ਸੁਜੈਸਟ ਕਰਾਂਗੀ ਕਿ ਉਸ ਸ਼ਹਿਰ 'ਚੋਂ ਮਤਲਬ ਪਿੰਡ 'ਚੋਂ ਨਿਕਲ ਕੇ ਛੋਟੇ ਸ਼ਹਿਰ 'ਚੋਂ ਨਿਕਲ ਕੇ ਵੱਡੇ ਸ਼ਹਿਰ ਚਲੇ ਜਾਓ, ਕਮਰਾ ਲੈ ਲਿਆ ਕੋਈ ਜਗ੍ਹਾ ਲੈ ਲਈ ਉੱਥੇ ਬੈਠ ਕੇ ਆਪਣਾ ਪੜ੍ਹ ਲਵੋ ਜੀ, ਕਿਉਂਕਿ ਪੜ੍ਹਾਈ ਨੂੰ ਨਾ ਕਰੋ ਕਿ ਇਹ ਪੜ੍ਹਾਈ ਤੁਹਾਡੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਪੜ੍ਹਾਈ ਤੁਹਾਡੀ ਕਾਊਂਟ ਹੋਣੀ ਹੈ ਵਰਕ ਪਰਮਿਟ ਦੇ ਅੰਦਰ, ਠੀਕ ਹੈ। ਹੁਣ ਕਈ ਵਾਰੀ ਇਹੋ ਜਿਹੇ ਕੇਸ ਆਉਂਦੇ ਨੇ ਬੱਚਿਆਂ ਨੂੰ ਸਟੱਡੀ ਪਰਮਿਟ ਵੀ ਮਿਲ ਗਿਆ ਜਿਸ ਨੂੰ ਸਟੂਡੈਂਟ ਵੀਜ਼ਾ ਕਹਿੰਦੇ ਆ, ਔਨਲਾਈਨ ਸਭ ਕੁਝ ਹੋ ਗਿਆ, ਉਹ ਕਹਿੰਦੇ ਨਹੀਂ ਅਸੀਂ ਨਹੀਂ ਜਾਣਾ ਜੀ ਅਸੀਂ ਕੈਨੇਡਾ ਨਹੀਂ ਗਏ, ਅੰਡਰਸਟੈਂਡ ਕਰਦੇ ਹਾਂ ਕਿ ਤੁਸੀਂ ਇਸੇ ਵਾਸਤੇ ਆਏ ਸੀਗੇ, ਲੇਕਿਨ ਇਹ ਦੇਖੋ ਕਿ ਤੁਹਾਨੂੰ ਸਰਕਾਰ ਇਹ ਸਹੂਲਤ ਦੇ ਰਹੀ ਹੈ, ਉਹਨਾਂ ਨੇ ਇਹ ਨਹੀਂ ਕੀਤਾ ਕਿ ਤੁਹਾਡਾ ਸਟੱਡੀ ਪਰਮਿਟ ਕੈਂਸਲ ਜੀ,
जिस तरह मैं इतों के सिटीजन हाँ मैं हूँ इंडिया जाना मैं नहीं जा सकती हाँ क्योंकि इस वक्त विजिटर वीजा ओ सी ए सब कुछ सस्पेंडेड ने साडे ठीक है ना। उन्होंने ये नहीं किया कैनेडा तुहाडा कैंसल हो गया, उन्होंने ये किया तुसी हले पढ़ाई उतों करते रहो कोई दिक्कत नहीं है तुहानू हले फिर भी कैनेडा इनवाइट करेगा तुहानू उत्थे एंट्री तुहाडी हले वैलिड हैगी है। और उस एंट्री वैलिड के उपर मैं गल दसा जो तो स्टडी परमिट के उपर इशू डेट और एक्सपायरी डेट आती है जी। उस एक्सपायरी डेट तो पहले पहले उस बच्चे ने इतने आना होंगे ठीक है ना कि इतने आके स्टडी कर सकता है लेकिन इसको एक गलत चीज़ ना लैन वेरी फ्रेंक गलत चीज़ ना लैन कि तुम उदो एक्सपायरी तो पहले आ जाएंगे लेकिन जो तो आओगे समझ जाओ तुम एक बड़े अच्छा मौका मिल रहा है। बहुत बच्चे परेशान हो रहे उत्थे जिन्होंने इत्थे आंदी नहीं अपॉर्चुनिटी मिल रही है, लोग परेशान हो रहे आयल्स नंबर नहीं आ रहे या कॉलेज में नंबर नहीं आ रहे या ग्रेड्स थोड़े सिगे प्लस वन प्लस टू विच या ग्रेजुएशन नंबर सिगे ता कॉलेजेस नहीं लै रहे प्राइवेट कॉलेज जाना पै रहा। जे तुहानू ऑप्शन मिली है अपनी स्टडी कर लो क्योंकि एदे नाल तुहानू मिलना वर्क परमिट और वर्क परमिट तो बाद मिले तुहानू सीधा पी आर और बेशक तुसी इंडिया च बैठे आ हो जाएगा जब तक तुहाडे कोल जब तक एज पर द गवर्नमेंट रूल्स के हिसाब से उन्होंने हिसाब से चली जा रहे हो सरकार तुहानू हले भी तुहानू ऑप्शन दे रही कि तुसी इत्थे आ सकते हो हले ठीक है। सो एक जी तुसी नहीं मैं तुहानू एक गल कर रही हूं कई बार इहो जिहे बच्चे भी आते हैं कि जिन्होंने स्टडी परमिट लै लिया स्टडी परमिट लैन तो बाद इत्थे आके कॉलेज नहीं जाते गए एंट्री की सब कुछ किया नहीं जाते उस तो बाद उतों छड़िया कॉलेज या तो अपना ट्रक ते चले गए या किसी होर काम च लग गए या कैश ते लग गए और जो तो टाइम निकल जाता है बंदा इलीगल होंगे कोई सिनेरियो तो फिर दौड़े फिरते किसी तरीके कोई काम हो जाए जी। खुद सोचो तुसी इतने पैसे लगाकर एक एप्लीकेशन लगा के फीस भर के तुसी कॉलेज दी लिती है स्टडी वीजा लिता वे तुसी इत्थे आए हो उसनू कहते ना उसकी रिस्पेक्ट करो उस चीज़ की बिल्कुल डेफिनेटली तुहानू बड़ा अच्छा मौका मिलिया और सुनहरी मौका इहनू कह सकदे आ बहुत सुनहरी मौका है। कई इत्थों दे विजिटर्स इत्थे आंदे ने परेशान हो जाते हैं कि उन्होंने कोई काम नहीं होंगे जिस तरह सा नैक्सट काम एल एम आई का है वी कैन टॉक अबाउट दैट लेकिन बहुत परेशान तुम्हें यह सुनहरी मौका मिले कि तुम कल नहीं है तुम्हारा गैप नहीं है तुम्हें एजुकेशन का टाइम मिल रहा है एजुकेशन पढ़ते हैं उम्र भी थोड़ी ठीक ठीक है बिल्कुल सैटल होने के पूरे चांस है बिल्कुल। हम विजिटर वीजे वाले की गल करिए कुछ जो विजिटर वीजे वाले इतने फसे हुए हैं जो कि कोविड तो पहले आए थे और गवर्नमेंट ने एक्सटेंशन देने का वादा किया और दी भी है बिल्कुल बैठे है सेफ है सारा ठीक चल रहा है। हाँ जी कुछ जिहड़े इस तरह के विजिटर इत्थे आउंदे आ उन्हां दा कदे ध्यान बणदा है वी इत्थे पहाड़ी पढ़ लईए स्टडी कर लईए कि उन्हां दा विजिटर वीजा स्टडी परमिट दे विच स्टडी वीजे दे विच कन्वर्ट हो सकदा है। हाँ जी हो सकदा उहदे विच जी उहदे लई थोड़ा जिहा कोई संखेप दे विच जानकारी ठीक है उहदे विच मैं ज्यादा संखेप च गल नहीं करांगी इत्थे ओह केस बाय केस गल हुंदी वेरी फ्रैंकली लेकिन ओह कब हो सकदा है जदों कि जदों साडे इत्थे बैठे हुण जिहड़े विजिटर आए विच बैठे आ जे उहनां दा हुण जिवें देखो सारे कॉलेजेस ने जिहड़ियां ऑफर लेटर्स आ कितने कितने सारियां फ्री कर दियां अगे फीस हुंदी सी बिल्कुल और हुण ऑफर लेटर दी कोई फीस नहीं लै रहे फीस नहीं लै रहे ते मैनूं लगदा वी कोई मेरे वर्गा कोई विजिटर आया बैठा ते उहदा ध्यान बण जे फिर चले पिछों पैसे मंगा के ते स्टडी वीजा ही लै लईए। देखो 6 महीने तो घट दा कोर्स तो कदी भी कर सकदे नहीं ते ओह मन्निया जाएगा फिर वर्क परमिट दे लई नहीं दस परसनल स्टडी वास्ते है कि तुसी अपनी एजुकेशन वधाने लई कर लिता और तुहाडी डिग्री हो जाएगी उहनू तुसी कैनेडियन एजुकेशन वांग रहे हो तुहाडी परसनल डिग्री हो जाएगी तो जिस तरह साडी ग्रेजुएशन पिछों हो गई प्लस टू पिछों हो गई असी साडी डिग्री है वह असी असैसमेंट करावांगे करावांगे कोई इस तरह का कोई नुक्ता दसो कि विजिटर वीजा जिहड़ा उह जिहड़ा लै के और इत्थे कोई आया सी फसिया बैठा तो स्टडी वीजा करना चाहुंदा स्टडी वीजा मिल गया उहनां नूं मतलब वो 6 महीने जा साल जा 2 साल दी स्टडी कर लें हालांकि देखो पैसे तो जो बनने हैं वो देने हैं बिल्कुल फीसां भरनी है सारा कुछ होना है पर वो स्टडी करने तो बाद की उन्हां दा जो स्टडी वीजा खत्म होंदा तां की उन्हां नूं वर्क परमिट जां जिहड़ा प्रोसेस स्टूडेंट्स दे लई हुंदा है वो इमीग्रेशन दा जां पीआर दा सिनेरियो पूरा हो सकदा है। हाँ जे विजिटर तो है गया उन्होंने स्टडी परमिट मिल जाता वे तो वह स्टडी परमिट वाले उस स्टूडेंट वाले लैवल च आ गए बिल्कुल आ गए उन्होंने अपना कोर्स करना है अपना कोर्स खत्म किया वर्क परमिट मिलेगा और पी आर के ऑप्शन से जा सकते और एज का कोई फैक्टर होंगे ये देखो डिपेंड करता है अगला बंदा किस कोर्स जा रहा है हूँ मैं कह कि मैं उतों ग्रेजुएशन करके आई हुई हाँ या मैं इलैक्ट्रीशियन का काम किया या कुछ भी काम किया इतने आके मैं लै लिया जी बिजनेस डिवेलपमेंट ठीक है नहीं तो मैं प्रोजेक्ट मैनेजमेंट लै लीती या कुछ भी लै लिया
ਉਹ ਦੋ ਲਾਈਨਾਂ ਮੈਚ ਨਹੀਂ ਕਰਦੀਆਂ ਔਰ ਇਮੀਗ੍ਰੇਸ਼ਨ ਨੂੰ ਪਤਾ ਲੱਗਦਾ ਕਿ ਤੁਸੀਂ ਇੱਥੇ ਕਿਉਂ ਕਰ ਰਹੇ ਹੋ ਠੀਕ ਹੈ ਨਾ ਐਗਜੈਕਟਲੀ ਉਹ ਕਹਿੰਦੇ ਕਿ ਤੁਸੀਂ ਕਰਨਾ ਹੈ ਤੇ ਆਪਣੇ ਆਪ ਨੂੰ ਇਨਹਾਂਸ ਕਰਨੇ ਲਈ ਜਾਂ ਤਾਂ ਤੁਹਾਡਾ ਕੋਈ ਪਲਾਨ ਹੋਵੇ ਕਿ ਹਾਂ ਵੀ ਮੈਂ ਇਸ ਲਾਈਨ 'ਚ ਜਾਣਾ ਜਿਸ ਤਰ੍ਹਾਂ ਕੋਈ ਕੁਕਿੰਗ ਦੀ ਲਾਈਨ 'ਚ ਹੈਗਾ ਵੇ ਜਾਂ ਸਕਿਲਡ ਵਰਕਰ ਦੇ ਤੌਰ ਸਕਿਲਡ ਵਰਕਰ ਆਪਣੇ ਜਿਸ ਵੀ ਲਾਈਨ 'ਚ ਹੈਗੇ ਤੁਸੀਂ ਪਿੱਛੇ ਕੁਝ ਵੀ ਨਹੀਂ ਕੀਤਾ ਜੇ ਤੁਸੀਂ ਹੁਣ ਵੀ ਕੁਝ ਕਰਨਾ ਚਾਹ ਰਹੇ ਹੋ ਜੇ ਨਵਾਂ ਸਟੱਡੀ ਪਰਮਿਟ ਲੈਣਾ ਚਾਹ ਰਹੇ ਹੋ ਔਰ ਏਜ ਇਜ਼ ਅ ਬਿਗ ਇਸ਼ੂ ਜੇ ਉਹਦੇ ਵਿੱਚ ਆਉਣਾ ਚਾਹ ਰਹੇ ਹੋ ਤਾਂ ਕਿਸੇ ਸਕਿਲਡ ਲਾਈਨ 'ਚ ਜਾ ਕੇ ਤੁਹਾਨੂੰ ਪਤਾ ਕਿ ਮੈਂ ਕਰਕੇ ਮੇਰੇ ਅੱਗੇ ਕੁਝ ਹੱਥ ਹੋਵੇਗਾ ਮੈਂ ਜੀ ਬਿਲਕੁਲ ਠੀਕ ਠੀਕ ਹੈ ਨਾ ਨਾਰਮਲ ਥਿਓਰੈਟੀਕਲ ਕੋਰਸਿਸ ਦੇ ਨਾਲ ਗੱਲ ਨਹੀਂ ਬਣੇਗੀ ਔਰ ਤੁਸੀਂ ਨੰਬਰ ਆਪਣਾ ਅਨਾਉਂਸ ਕਰ ਦਿਓ ਕਿਉਂਕਿ ਮੈਨੂੰ ਪਤਾ ਵੀ ਤੁਸੀਂ ਕਈ ਵਾਰੀ ਕੁਝ ਚੀਜ਼ਾਂ ਕੁਝ ਨੁਕਤੇ ਹੁੰਦੇ ਆ ਪਰ ਨਹੀਂ ਵੀ ਆਪਾਂ ਜਿਹੜੇ ਖੁੱਲ ਕੇ ਗੱਲ ਕਰ ਸਕਦੇ ਕਿਉਂਕਿ ਸਮਾਂ ਵੀ ਸੀਮਤ ਹੁੰਦਾ ਨੰਬਰ ਅਨਾਉਂਸ ਕਰ ਦਿਓ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਜਿਹੜੇ ਇੱਥੇ ਕੋਈ ਵਿਜ਼ਟਰ ਵੀਜ਼ਾ ਤੇ ਆਏ ਸੀ ਉਹ ਚਾਹੁੰਦੇ ਆ ਕਿਉਂਕਿ ਹੁਣ ਅੱਜ ਕੱਲ੍ਹ ਕਾਲਜ ਖਾਲੀ ਹੈ ਬਿਲਕੁਲ ਸੀਟ ਮਿਲਣ ਦੇ ਆਸਾਰ ਵੀ ਹੈਗੇ ਬਿਲਕੁਲ ਉਹਨਾਂ ਨੂੰ ਈਜ਼ੀ ਸੀਟ ਮਿਲ ਸਕਦੀ ਹੈ ਬਿਲਕੁਲ ਜੀ ਉਹਨਾਂ ਲਈ ਇੱਕ ਮੌਕਾ ਬਣਿਆ ਤਾਂ ਤੁਸੀਂ ਨੰਬਰ ਅਨਾਉਂਸ ਕਰ ਦਿਓ ਤਾਂ ਕਿ ਤੁਹਾਡਾ ਨਾਲ ਸੰਪਰਕ ਕਰ ਸਕਾਂ ਡੈਫੀਨਿਟਲੀ ਜੀ ਮੇਰਾ ਨੰਬਰ ਹੈਗਾ 289-8041-299-801-5048 ਔਰ ਕੈਡ ਇਮੀਗ੍ਰੇਸ਼ਨ ਮੇਰਾ ਕੰਪਨੀ ਦਾ ਨਾਮ ਹੈ ਬ੍ਰੈਮਟਨ 'ਚ ਮੇਰਾ ਆਫਿਸ ਹੈ ਤੇ ਜਿਸ ਤੁਸੀਂ ਇੱਥੇ ਕਾਲ ਕਰਕੇ ਪੁੱਛੋਗੇ ਤੁਹਾਨੂੰ ਡੀਟੇਲਸ ਮਿਲਣਗੇ ਤੇ ਕਾਲ ਕਰਕੇ ਮੈਨੂੰ ਤੁਸੀਂ ਆ ਵੀ ਸਕਦੇ ਹੋ ਮੇਰੇ ਕੋਲ ਜੀ ਸੋ ਕਾਲਡ ਮੰਨੇ ਜਾਂਦੇ ਜਿਹੜੇ ਏਜੰਟ ਹੈ ਜਿਹਨੂੰ ਆਪਾਂ ਅਖੌਤੀ ਜਾਂ ਝੋਲਾ ਛਾਪ ਏਜੰਟ ਕਹਿੰਦੇ ਆਪਾਂ ਜੋ ਪੰਜਾਬ ਜਾਂ ਇੰਡੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਆ ਆਮ ਹੀ ਮਿਲ ਜਾਂਦੇ ਆ ਬਿਲਕੁਲ ਪਹਿਲਾਂ ਸਿੰਗਰ ਆਮ ਮਿਲਦੇ ਸੀ ਅੱਜ ਕੱਲ੍ਹ ਏਜੰਟ ਹੈ ਜਿਹੜੇ ਆਈਲੈਟਸ ਕਰਵਾਉਣ ਵਾਲੇ ਵੀਜ਼ਾ ਲਵਾਉਣ ਵਾਲੇ ਫਾਈਲਾਂ ਭਰਨ ਵਾਲੇ ਉਹ ਆਮ ਹੀ ਉੱਥੇ ਤੁਰਦੇ ਫਿਰਦੇ ਤੁਹਾਨੂੰ ਨਜ਼ਰ ਆ ਜਾਣਗੇ ਜਿਨ੍ਹਾਂ ਦੇ ਆਫਿਸ ਵੀ ਨਹੀਂ ਹੈ ਹਾਂਜੀ ਸੋ ਉਹ ਸੋ ਕਾਲਡ ਏਜੰਟ ਤੇ ਇੱਥੋਂ ਦੇ ਕੁਛ ਜਿਹੜੇ ਮੈਂ ਮਾਫ ਕਰਨਾ ਮੈਂ ਕਿਸੇ ਨੂੰ ਪਿੰਪੁਆਇੰਟ ਨਹੀਂ ਕਰ ਰਿਹਾ ਉਹਨਾਂ ਨੂੰ ਰਲ ਮਿਲ ਕੇ ਕੁਛ ਇੰਪਲੋਇਰ ਕੁਝ ਏਜੰਟ ਔਰ ਕੁਝ ਹੋਰ ਇਸ ਤਰ੍ਹਾਂ ਦੇ ਜਿਹੜੇ ਹੈ ਰਲ ਕੇ ਬੰਦੇ ਇੱਕ ਬੰਦੇ ਨੂੰ ਖੱਜਲ ਖੁਆਰ ਕਰਦੇ ਆ ਜਿਹਨੂੰ ਆਪਾਂ ਕਹਿੰਦੇ ਆ LMIA ਫਰਾਡ ਹੈ ਜਿਹੜਾ ਬਹੁਤ ਵੱਡੇ ਸਕੇਲ ਤੇ ਜਿਹੜਾ ਕੈਨੇਡਾ ਦੇ ਵਿੱਚ ਚੱਲ ਰਿਹਾ ਔਰ ਓਨਟੈਰੀਓ 'ਚ ਮੈਂ ਖਾਸ ਕਰਕੇ ਗੱਲ ਕਰਾਂ ਵੀ ਇਹ ਪਿਛਲੇ ਦਿਨਾਂ ਤੋਂ ਬੜੀ ਖਬਰ ਨਸ਼ਰ ਹੋ ਰਹੀ ਹੈ ਮੇਨ ਸਟ੍ਰੀਮ ਮੀਡੀਆ ਤੇ ਵੀ ਕਿ ਵੀ ਇਹ LMIA ਫਰਾਡ ਰੋਕਣ ਦਾ ਨਾਮ ਕਿਉਂ ਨਹੀਂ ਲੈ ਰਿਹਾ ਔਰ ਬਹੁਤ ਸਾਰੀਆਂ ਨਿਊਜ਼ ਜਿਹੜੀਆਂ ਪੰਜਾਬੀ ਮੀਡੀਆ ਵਿੱਚੋਂ ਵੀ ਆਉਂਦੀਆਂ ਔਰ ਬਹੁਤ ਸਾਰੇ ਧਰਮ ਸਥਾਨ ਹੈ ਜਿਹੜੇ ਉਹ ਵੀ ਜਿਹੜੇ LMIA ਫਰਾਡ ਦੇ ਵਿੱਚ ਕਿਤੇ ਨਾ ਕਿਤੇ ਉਹ ਫਸੇ ਨਜ਼ਰ ਆ ਰਹੇ ਆ ਤੁਸੀਂ ਇਹਦੇ ਬਾਰੇ ਕੋਈ ਖਾਸ ਨੁਕਤਾ ਪੇਸ਼ ਕਰਨਾ ਚਾਹੋ ਦੇਖੋ ਤੁਹਾਡੀ ਗੱਲ ਠੀਕ ਹੈਗੀ ਹੈ LMIA ਜਿਹੜਾ ਹੈਗਾ ਵੇ ਜਿਹੜਾ ਰੂਲ ਹੈਗਾ ਵੇ ਜਿਸ ਤਰ੍ਹਾਂ ਤੁਸੀਂ ਦੇਖੋ US ਸੀਗਾ US ਨੇ H1N1 ਨਿਕਾਲਿਆ ਸੀਗਾ ਔਰ IT ਦੇ ਬਹੁਤ ਲੋਕ ਉੱਥੇ ਗਏ ਔਰ IT ਦੇ ਨਾਲ ਉਹਨਾਂ ਦੀ ਇਕਾਨਮੀ USA ਚੱਲ ਵੀ ਰਹੀ ਸੀਗੀ ਠੀਕ ਹੈ ਨਾ ਉਹ ਹੁਣ ਜਾ ਕੇ ਕੋਵਿਡ ਚੱਕਰ ਟਰੰਪ ਨੇ ਮਨਾ ਕੀਤੀ ਆ ਉਹਨੂੰ ਕੈਂਸਲ ਕੀਤਾ ਵੇ ਠੀਕ ਹੈ ਹੁਣ ਲੇਕਿਨ ਇਸੇ ਹਿਸਾਬ ਨਾਲ ਇੱਥੋਂ ਉਹਨਾਂ ਨੇ ਵਰਕ ਪਰਮਿਟ ਨਿਕਾਲਿਆ ਵਰਕ ਪਰਮਿਟ ਇੱਕ ਤਾਂ ਹੋ ਗਿਆ ਬੱਚਿਆਂ ਦਾ ਵਰਕ ਪਰਮਿਟ ਫੈਡਰਲ ਸਕੇਲ ਮਤਲਬ ਜਿਹੜੇ ਬੱਚੇ ਜਿਹੜੇ ਲੋਕ ਬਾਹਰੋਂ ਆ ਰਹੇ ਨੇ ਉਹ ਹੋ ਗਿਆ ਤੁਹਾਡਾ LMIA ਉਹਦੇ ਬੇਸਿਸ 'ਤੇ ਕੀ ਆ ਹੁਣ ਮੇਰੀ ਕੰਪਨੀ ਹੈ ਮੈਨੂੰ ਕੋਈ ਬੰਦਾ ਚਾਹੀਦਾ ਮੈਂ ਇੱਥੇ ਲੱਭ ਰਹੀ ਹਾਂ ਮੈਨੂੰ ਕੋਈ ਸਿਟੀਜ਼ਨ ਨਹੀਂ ਮਿਲ ਰਿਹਾ ਮੈਨੂੰ ਕੋਈ PR ਨਹੀਂ ਮਿਲ ਰਿਹਾ ਮੈਨੂੰ ਕੋਈ ਸਪੈਸ਼ਲ ਸਕਿੱਲਸ ਚਾਹੀਦੇ ਨੇ ਜਾਂ ਮੈਨੂੰ ਕੋਈ ਬੰਦਾ ਵਾਕਈ ਚਾਹੀਦਾ ਜਾਂ ਮੈਂ ਇੰਟਰਵਿਊ ਵੀ ਕੀਤੀ ਮੈਨੂੰ ਗੱਲ ਨਹੀਂ ਪਤਾ ਲੱਗ ਰਹੀ ਹੈ ਮੈਨੂੰ ਕਿਸੇ ਬਾਹਰੋਂ ਆਇਆ ਕਿਸੇ ਪਰਸਨ ਦੇ ਥਰੂ ਔਰ ਮੈਨੂੰ ਇੰਟਰਵਿਊ ਕੀਤਾ ਮੈਨੂੰ ਅੱਛਾ ਲੱਗਾ ਅਤੇ ਉਸ ਨੂੰ ਮੈਂ ਹਾਇਰ ਕਰ ਸਕਦੀ ਹਾਂ ਇਹ ਇੰਪਲੋਇਰ ਦੇ ਉੱਪਰ ਹੁੰਦਾ ਇੰਪਲੋਇਰ ਦੀ ਵੀ ਕੁਝ ਰਿਸਪੋਂਸੀਬਿਲਟੀਜ਼ ਹੁੰਦੀਆਂ ਨੇ ਕਿ ਕਿਤਨੀ ਨੈਟਵਰਥ ਹੈ ਕਿਤਨੀ ਪੁਰਾਣੀ ਕੰਪਨੀ ਹੈ ਇਟਸ ਹਿਊਜ ਲਿਸਟ ਔਨ ਦੈਟ ਲੇਕਿਨ ਅਸੀਂ ਉਸ ਬੰਦੇ ਨੂੰ ਹਾਇਰ ਕਰ ਸਕਦੇ ਹਾਂ ਇਸ ਕਰਕੇ ਗਵਰਨਮੈਂਟ ਨੇ ਨਿਕਾਲਿਆ ਸੀ ਇਮੀਗ੍ਰੇਸ਼ਨ ਨਿਕਾਲਿਆ ਸੀਗਾ ਕਿ ਤੁਸੀਂ ਵਰਕ ਪਰਮਿਟ ਆਪਣਾ LMIA ਤੁਸੀਂ ਦੇ ਸਕਦੇ ਹੋ ਤੁਹਾਡੀ ਬੜੀ ਅੱਛੀ ਗੱਲ ਹੈ ਜਿਹੜੇ ਤੁਸੀਂ ਅਸੀਂ ਇਹਨਾਂ ਨੂੰ ਸਾਡੀ ਇੰਡਸਟਰੀ ਦੇ ਵਿੱਚ ਅਸੀਂ ਘੋਸਟ ਕੰਸਲਟੈਂਟਸ ਕਹਿੰਦੇ ਹਾਂ ਅੱਛਾ ਲਿਟਰਲੀ ਇਹਨਾਂ ਪੁੱਤੀ ਆਈ ਦੁਬਾਰਾ ਦੱਸੋਗੇ ਕੀ ਕਹਿੰਦੇ ਹਨ ਘੋਸਟ ਕੰਸਲਟੈਂਟਸ ਅੱਛਾ ਅੱਛਾ ਠੀਕ ਹੈ ਕਿਉਂਕਿ ਇਹਨਾਂ ਦਾ ਲਿਟਰਲੀ ਕੁਝ ਪਤਾ ਨਹੀਂ ਹੁੰਦਾ ਵੈਰੀ ਫਰੈਂਕਲੀ ਮੇਰੇ ਕੋਲ ਕਈ ਵਾਰੀ ਇਹੋ ਜਿਹੇ ਕਲਾਇੰਟਸ ਵੀ ਆਏ ਨੇ ਛੋਟੀ ਜਿਹੀ ਗੱਲ ਦੱਸਦੀ ਹਾਂ ਇੱਕ ਕਲਾਇੰਟ ਆਪਣਾ ਸਰੀ ਵਿੱਚ ਹੈਗਾ ਵੇ ਮੈਂ ਜਗ੍ਹਾ ਨਾਮ ਨਹੀਂ ਦੱਸਾਂ ਕਿਸੇ ਹੋਰ ਚੀਜ਼ ਦਾ ਐਗਰੀਕਲਚਰ ਦੇ ਅੰਦਰ ਉਸ ਬੰਦੇ ਨੂੰ ਵਰਕ ਪਰਮਿਟ ਦਿਲਾ ਕੇ ਪੈਸੇ ਲੈ ਕੇ ਉਸਨੂੰ ਇੱਥੇ ਰੱਖ ਦਿੱਤਾ ਗਿਆ ਠੀਕ ਹੈ ਜਦੋਂ ਇੱਥੇ ਰੱਖ ਲਗਾ ਦਿੱਤਾ ਆ ਗਏ 2 ਮਹੀਨੇ ਦਾ ਕੰਮ ਦਿੱਤਾ ਉਸ ਤੋਂ ਬਾਅਦ ਇੰਪਲੋਇਰ ਜਿਹੜਾ ਹੈ ਆਊਟ ਉਹਨੇ ਕੋਈ ਕੰਮ ਨਹੀਂ ਦਿੱਤਾ ਉਹ ਬੰਦਾ ਦਰਬ ਦਰ ਦੌੜ ਰਿਹਾ ਇੰਪਲੋਇਰ ਕੋਲ ਜਾ ਰਿਹਾ ਉੱਥੇ ਫਾਰਮ ਖਾਲੀ ਹੈ ਕਿਤੇ ਕੋਈ ਮਿਲ ਨਹੀਂ ਰਿਹਾ ਉਹ ਫਾਰਮ ਵਾਲੇ ਬਾਅਦ ਚੋਂ ਗਿਆ ਤੇ ਜੇ ਅਸੀਂ ਫਾਰਮ ਲੀਜ਼ ਤੇ ਚਲਾ ਗਿਆ ਉਹ ਬੰਦਾ ਨਹੀਂ ਮਿਲ ਰਿਹਾ ਏਜੰਟ ਨਹੀਂ ਮਿਲ ਰਿਹਾ ਕੁਛ ਨਹੀਂ ਹੋ ਰਿਹਾ ਔਰ ਉਹ ਪਰਿਵਾਰ ਦੇ ਨਾਲ ਹੈ ਜੀ ਵਾਈਫ ਦੇ ਨਾਲ ਬੱਚੇ ਦੇ ਨਾਲ ਹੈ ਉਹ ਗਾਇਬ ਗਾਇਬ ਘੁੰਮ ਰਿਹਾ ਔਰ ਉਹ ਪਰੇਸ਼ਾਨ ਹੋ ਰਿਹਾ ਕਿ ਦੱਸੋ ਅਸੀਂ ਕੀ ਕਰੀਏ ਕਿਉਂਕਿ ਇਸ 'ਚ ਧਿਆਨ ਦੇਵੋ ਕਿ ਉਹ ਇੱਕ ਵਰਕ ਪਰਮਿਟ ਲੈ ਕੇ ਆਇਆ ਸੀ ਉਹਨੂੰ ਹੁਣ ਦੁਬਾਰਾ ਉਹ ਪ੍ਰੋਸੈਸ ਕਰਨਾ ਪਏਗਾ ਜਾਂ ਰਿਫਿਊਜੀ ਵਾਲਾ ਕੇਸ ਲਗਾਉਣਾ ਪਏਗਾ ਔਰ ਉਹ ਜਿਹੜਾ ਜਿਹੜਾ ਦਰਬਾਦਰ ਭਟਕ ਰਿਹਾ ਉਹਦੇ ਤੋਂ ਪੈਸੇ ਤਾਂ ਜਿਹੜੇ ਬਟੋਰ ਲੈ ਗਏ ਉੱਤ ਗਏ ਜੀ ਜੜ ਗਏ ਸੋ ਮੈਂ ਇੱਕ ਤੁਹਾਡੇ ਤੋਂ ਇਹ ਜਾਣਨਾ ਚਾਹਣਾ ਹੈ ਤੁਹਾਡੇ ਤਜਰਬੇ ਮੁਤਾਬਕ ਔਰ ਜੋ ਸਾਡੇ ਕੈਨੇਡੀਅਨ ਇਮੀਗ੍ਰੇਸ਼ਨ ਜਾਂ ਆਫੀਸ਼ੀਅਲਸ ਦੇ ਰੂਲ ਹੈ
ਜਿਹੜੀ LMIA ਦੀ ਫੀਸ ਹੈ ਜਾਂ ਵਰਕ ਪਰਮਿਟ ਦੀ ਜਿਹੜੀ ਜਿਹੜੀ ਓਰੀਜਨਲ ਫੀਸ ਹੈ ਉਹ ਕਿੰਨੀ ਹੁੰਦੀ ਹੈ? ਜਿਹੜੀ ਇੰਪਲੋਇਰ ਦੀ ਫੀਸ ਹੈ ਉਹ $1,000 ਹੁੰਦੀ ਹੈ ਜੀ, ਠੀਕ ਹੈ? ਜਿਹੜੀ ਕੋਈ ਜਿਹੜੀ ਅਸੀਂ ਗਵਰਨਮੈਂਟ ਫੀਸ ਆਪਣੀ ਵਰਕ ਪਰਮਿਟ ਦੇਣੀ ਹੁੰਦੀ ਹੈ ਉਹ ਤੁਹਾਡਾ ਅਪਰੋਕਸੀਮੇਟਲੀ 300 ਦੇ ਆਸ ਪਾਸ, ਮੈਂ ਉੱਕਾ ਪੁੱਕਾ ਦੱਸ ਕੇ ਮਿਲਾ ਕੇ ਜੇ 2,000 ਲਮਸਮ ਕਹਿ ਦਈਏ ਤਾਂ ਇਹ 3,500 ਦਾ ਮਾਰਕੀਟ ਦਾ ਰੇਟ ਹੈ। ਆਈ ਵਿਲ ਬੀ ਵੈਰੀ ਸਟ੍ਰੇਟ। ਚਲੋ, ਮਤਲਬ ਆਪਾਂ ਮੰਨ ਲਿਆ ਕਿ 4,000 ਹੋ ਗਿਆ। ਹਾਂ, ਉਹ ਹੋ ਜਾਂਦਾ ਫਿਰ ਮੇਗਨਾ ਦੀ, ਜਦੋਂ ਤੁਸੀਂ ਆਪਾਂ ਗੱਲ ਕਰਦੇ ਹਾਂ ਕਿ 40,000, 50,000, 60,000, 25,000, 30,000, 35,000 ਬੋਲੀ ਲੱਗਦੀ ਹੈ। ਹਾਂਜੀ, LMI ਦੀ, ਮੇਰੇ ਕੋਲ LMI ਪਿਆ ਔਰ ਤੁਸੀਂ ਫੇਸਬੁੱਕ ਦੇ ਉੱਪਰ, ਸੋਸ਼ਲ ਮੀਡੀਆ ਦੇ ਉੱਪਰ ਬਹੁਤ ਵਾਰੀ ਤੁਸੀਂ ਵਾਇਰਲ ਹੁੰਦੀ ਨਿਊਜ਼ ਦੇਖੋਗੇ ਕਿ ਵੀ 5 ਡਰਾਈਵਰਾਂ ਦੀ ਲੋੜ ਹੈ, LMI ਤਿਆਰ ਹੈ, $35,000 ਲੱਗੂਗਾ, ਤੁਸੀਂ ਜੇ ਲੈਣਾ ਚਾਹੁੰਦੇ ਹੋ ਸੰਪਰਕ ਕਰੋ। ਬਿਲਕੁਲ, ਇਸ ਤਰ੍ਹਾਂ ਦੀਆਂ ਨਿਊਜ਼ ਜਿਹੜੀਆਂ ਆਮ ਸਾਨੂੰ ਦੇਖਣ ਨੂੰ ਮਿਲਦੀਆਂ ਔਰ ਲੋਕ ਮੈਨੂੰ ਪੁੱਛਦੇ ਵੀ ਨੇ, ਕਾਲ ਕਰਕੇ ਪੁੱਛਦੇ ਵੀ ਨੇ। ਇਹ ਨਹੀਂ ਗੱਲ ਵੀ ਲੋਕ ਨਹੀਂ, ਲੋਕ ਜਿਨ੍ਹਾਂ ਨੇ $35,000 ਦਿੱਤਾ ਉਹਨਾਂ ਨੂੰ ਵੀ ਪਤਾ ਹੋ ਸਕਦਾ ਠੱਗੀ ਵੱਜ ਜੇ, ਪਰ ਫਿਰ ਵੀ ਉਹ ਆਪਣੇ ਪੈਸੇ ਦਾ ਤੇ ਲਾਉਂਦੇ ਆ, ਆਪਣੀ ਕਿਸਮਤ ਪੂਰੀ ਖੇਡਦੇ ਆ। ਬਿਲਕੁਲ, ਪਰ ਜਦੋਂ ਜੇ ਤਾਂ ਉਹਨਾਂ ਦਾ ਕੰਮ ਚੜ ਜੇ ਸਿਰੇ, ਜਿਨ੍ਹਾਂ ਨੇ $35,000 ਦਿੱਤਾ ਹੈ, ਜਿਨ੍ਹਾਂ ਦਾ ਕੰਮ ਚੜ ਜੇ ਸਿਰੇ, ਫਿਰ ਤਾਂ ਨਹੀਂ ਚੁੱਪ, ਫਿਰ ਰੌਲਾ ਨਹੀਂ ਪਾਉਂਦੇ, ਚੁੱਪ ਰਹਿੰਦੇ। ਤੇ ਜੇ ਵੱਜ ਜੇ ਠੱਗੀ, ਫਿਰ ਉਹ ਨਿਊਜ਼ ਚੈਨਲ ਜਾਂ TV ਦਾ ਇੱਧਰ ਉੱਧਰੋਂ ਸਹਾਰਾ ਲੈਂਦੇ ਆ ਵੀ ਸਾਨੂੰ ਹੁਣ ਬਚਾਓ, ਵੀ ਸਾਡੇ $35,000 ਜਿਹੜਾ ਡਾਲਰ ਡੁੱਬ ਗਿਆ। ਸੋ ਮੈਂ ਕਹਿੰਦਾ ਵੀ ਇਹ ਇੱਕ ਚੇਨ ਬਣੀ ਹੋਈ ਆ ਔਰ ਸਾਰਿਆਂ ਦੀ, ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ, ਇਹ ਸਾਰੇ ਹੱਥ ਮਿਲ ਕੇ ਤਾੜੀ ਵੱਜ ਰਹੀ ਹੈ। ਔਰ ਇਹ ਇਕੱਲੇ ਇੰਪਲਾਇਰ ਦੀ ਜਾਂ ਏਜੰਟ ਦੀ ਗਲਤੀ ਮੈਨੂੰ ਨਹੀਂ ਲੱਗਦਾ ਵੀ ਨਹੀਂ ਹੋਏਗੀ। ਜਦੋਂ ਕੋਈ ਕਿਸੇ ਨੂੰ ਚੋਗਾ ਸਿੱਟਦਾ ਤਾਂ ਹੀ ਕਬੂਤਰ ਆਉਂਦੇ ਆ, ਔਰ ਜੇ ਕਬੂਤਰ ਆਉਂਦੇ ਤਾਂ ਹੀ ਚੋਗਾ ਸਿੱਟਿਆ ਜਾਂਦਾ। ਬਿਲਕੁਲ ਸਹੀ ਗੱਲ ਹੈ ਇਹ ਆ ਕਿ ਵੀ ਇਹ ਸਾਰੀ ਰਲ ਮਿਲ ਕੇ ਠੱਗੀ ਵੱਜਦੀ ਆ। ਜੇ ਤਾਂ ਕਿਸ਼ਤੀ ਪਾਰ ਹੋ ਗਈ ਤਾਂ ਚੁੱਪ ਹੋ ਜਾਂਦੇ ਆ, ਜੇ ਨਹੀਂ ਹੋਈ ਤਾਂ ਫਿਰ ਰੌਲਾ ਪੈ ਜਾਂਦਾ। ਬਿਲਕੁਲ, ਸੋ ਜਿਹੜਾ $40,000-42,000 ਲੈਂਦੇ ਆ ਜਾਂ $35,000-30,000 ਲੈਂਦੇ ਆ, ਮੰਨ ਲਓ ਕਿ $25,000 ਵੀ ਲੈਂਦੇ ਆ, ਫਿਰ ਇਹ ਡਿਵਾਈਡ ਕਰਦੇ ਆ ਜਾਂ ਕੀ, ਮਤਲਬ ਕਿਸ ਤਰੀਕੇ ਦੇ ਨਾਲ ਚੱਲਦਾ? ਓਕੇ, ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦੀ ਹਾਂ। ਹੁਣ ਜਿਸ ਤਰ੍ਹਾਂ ਕੋਈ ਵੀ ਪਰਸਨ ਇੰਪਲੋਇਰ ਹੈਗਾ, ਉਸਨੇ ਕਿਸੇ ਹੋਰ ਬੰਦੇ ਨੂੰ ਆਪਣੇ ਵਾਸਤੇ ਇੰਪਲੋਈ ਰੱਖਣਾ, ਬੰਦਾ ਇੱਥੋਂ ਦਾ ਨਹੀਂ ਹੈ, ਬਾਹਰ ਦਾ ਬੰਦਾ, ਉਹਨੂੰ ਪਹਿਲੇ ਅਪਰੂਵ ਕਰਨਾ ਪਏਗਾ ਕਿ ਮੈਨੂੰ ਇੱਥੋਂ ਦਾ PR ਜਾਂ ਇੱਥੋਂ ਦਾ ਸਿਟੀਜ਼ਨ ਅਵੇਲੇਬਲ ਨਹੀਂ ਹੈ। ਮੈਂ ਇੰਟਰਵਿਊਸ ਕੀਤੀਆਂ, ਸਭ ਕੁਝ ਕੀਤੀਆਂ, ਜੋ ਸਹੀ ਤਰੀਕਾ ਹੈ, ਉਹਨੂੰ ਨਹੀਂ ਮਿਲਿਆ, ਤਦ ਉਸ ਦੂਸਰੇ ਬੰਦੇ ਨੂੰ ਲੈ ਕੇ ਆਉਂਦਾ ਔਰ ਉਸਨੂੰ ਉਹ ਦਿੰਦਾ ਵੇ। ਹੁਣ ਇਸ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੀ ਜੋਬਸ ਨੇ, ਐਡਮਿਨ ਆਫਿਸਰ ਦੀਆਂ, ਕੁਝ ਛੋਟੇ ਲੈਵਲ ਦੀਆਂ ਜੋਬਸ ਹੋ ਗਈਆਂ, ਉਹ ਚੀਜ਼ਾਂ ਹੋ ਗਈਆਂ। ਹਾਂ, ਤੁਹਾਡਾ ਸਕਿੱਲ ਲੈਵਲ ਜਿਸ ਨੂੰ ਅਸੀਂ ਇੰਟਰਨੈਸ਼ਨਲ, ਇਹ ਮੈਂ ਡੈਫੀਨੇਟਲੀ ਕਹਾਂਗੀ, ਜਿਹੜੇ ਵੀ ਇਮੀਗ੍ਰੇਸ਼ਨ ਵਾਲੇ ਲੋਕ ਆ ਰਹੇ ਨੇ ਇੱਥੇ, ਸਾਡੇ ਕੋਲ ਇੱਕ ਬੜੀ ਅੱਛੀ ਕਹਿੰਦੇ ਵੈਲਿਊ ਹੈ ਕਿ ਸਾਡਾ ਇੰਟਰਨੈਸ਼ਨਲ ਲੈਵਲ ਦਾ ਸਕਿੱਲ ਹੈ, ਕਿਉਂਕਿ ਅਸੀਂ ਡਿਫਰੈਂਟ ਕੰਟਰੀਜ਼ 'ਚ ਕੰਮ ਕਰਕੇ ਆਏ ਹਾਂ। ਬਿਲਕੁਲ, ਐਂਡ ਇਟਸ ਅ ਕੀ ਥਿੰਗ, ਜੋ ਇੱਥੋਂ ਦੇ ਲੋਕਾਂ, ਜੋ ਸਿਟੀਜ਼ਨ, ਮਤਲਬ ਇੱਥੋਂ ਦਾ ਜੋ ਕੋਈ ਬੰਦਾ ਪੈਦਾਇਸ਼ ਹੋਗਾ, ਉਸ ਕੋਲ ਉਹ ਚੀਜ਼ ਨਹੀਂ ਹੋਏਗੀ। ਬਿਲਕੁਲ, ਠੀਕ ਹੈ ਨਾ? ਔਰ ਵੈਲਿਊ, ਕਿਉਂਕਿ ਮੈਂ ਜਦੋਂ ਇੱਥੇ ਆਈ ਸੀਗੀ ਤਾਂ ਮੈਨੂੰ ਵੀ ਇਹ ਵੈਲਿਊ ਮਿਲੀ ਸੀ, ਮੈਂ ਹੋਰਾਂ ਨੂੰ ਵੀ ਦੇਖਿਆ ਵੈਲਿਊ ਮਿਲਦੀ ਹੈ, ਕਿਉਂਕਿ ਅਸੀਂ ਹੋਰ ਲੋਕਾਂ ਨੂੰ ਮਿਲ ਕੇ ਆਏ ਹਾਂ, ਤੁਸੀਂ ਆਲਰੇਡੀ ਉਹ ਕੰਮ ਕਰ ਚੁੱਕੇ ਆ ਜਿਹੜਾ ਕਿ ਇੱਥੇ ਨਹੀਂ ਹੋ ਰਿਹਾ, ਔਰ ਤੁਹਾਡਾ ਆਨਸਰ, ਤੁਹਾਨੂੰ ਕੋਈ ਨਾ ਕੋਈ ਫੀਲਡ ਮਿਲ ਜਾਂਦਾ। ਬਿਲਕੁਲ, ਹੁਣ ਇਹਦੇ ਵਿੱਚ ਸਿਨੈਰੀਓ ਕੀ ਹੁੰਦਾ ਕਿ ਜੇ ਤੁਸੀਂ ਪੈਸੇ ਦੀ ਗੱਲ ਕਰਦੇ ਹੋ, ਹੁਣ ਮੈਂ ਕਹਿੰਦੀ ਹਾਂ ਕਿ ਮੈਂ ਇੰਪਲੋਇਰ ਹਾਂ, ਮੈਂ ਬੰਦੇ ਨੂੰ ਰੱਖਿਆ, ਇਹ ਚੀਜ਼ ਦੇਖੋ ਕਿ ਉਸਨੂੰ ਮੈਂ ਅਗਰ ਇੰਪਲੋਏ ਕਰਕੇ ਰੱਖਿਆ ਔਰ ਮੈਨੂੰ ਉਸਦੀ ਜ਼ਰੂਰਤ ਨਹੀਂ ਹੈ, ਲੇਕਿਨ ਮੈਂ ਫਿਰ ਵੀ ਉਸ ਬੰਦੇ ਨੂੰ ਰੱਖ ਰਹੀ ਹਾਂ ਕਿ ਉਸਦੀ ਜ਼ਰੂਰਤ ਹੈ, ਉਹਦੀ PR ਦੇ ਲੈ ਕਰ ਕੁਛ ਵੀ ਲੈ ਕੇ, ਉਹਦੇ ਉੱਪਰ ਜੋ ਖਰਚਾ ਮੇਰੀ ਕੰਪਨੀ ਕਰੇਗੀ, ਠੀਕ ਹੈ? ਇਹ ਕਹਿੰਦਾ ਗਿਵ ਐਂਡ ਟੇਕ ਵਾਲੀ ਸਿਚੁਏਸ਼ਨ ਹੁੰਦੀ ਹੈ ਕਿ ਜੇ ਮੈਂ ਤੇਰੀ PR ਵਾਸਤੇ ਹੈਲਪ ਕਰ ਰਹੀ ਹਾਂ, ਤੈਨੂੰ ਉੱਥੇ ਪਰਮਾਨੈਂਟ ਕਰ ਰਹੀ ਹਾਂ, ਸੋ ਯੂ ਹੈਵ ਟੂ ਗਿਵ ਸਮਥਿੰਗ ਟੂ ਮੀ, ਇਟਸ ਅ ਗਿਵ ਐਂਡ ਟੇਕ ਸਿਚੁਏਸ਼ਨ, ਉਹਦੇ ਵਿੱਚ ਕੁਛ ਪੈਸੇ ਇਨਵੋਲਵ ਹੋਣੇ ਲਾਈਕ ਲਾਜ਼ਮੀ ਗੱਲ ਹੈ, ਲਾਜ਼ਮੀ ਗੱਲ ਹੈ ਕਿ ਤੁਸੀਂ ਕੁਛ ਵੀ ਗੱਲ ਕਰਨਾ ਹੋਵੇ, ਇਟਸ ਅ ਰੂਲ ਹੈ ਆਪਸ ਦਾ ਕਿ ਤੁਸੀਂ ਕਰਨਾ ਹੈ ਵਾਲਾ, ਪਰ ਕੁਝ ਹੋ ਸਕਦੇ ਆ, ਕੁਝ ਵਾਲੀ ਗੱਲ ਹੈ, ਕਿਉਂਕਿ ਜਿਸ ਤਰ੍ਹਾਂ ਟੈਕਸ ਅਸੀਂ ਭਰਦੇ ਆ, ਮੇਰੇ ਕੋਲ ਇੰਪਲੋਈ ਆਏਗਾ, ਮੈਂ ਟੈਕਸ ਭਰਾਂਗੀ, ਤੇ ਉਹ ਤਾਂ ਮੇਰੇ CR ਤੋਂ ਜਾਏਗਾ ਹੀ ਜਾਏਗਾ। ਜੀ ਜੀ, ਜਾਂ ਤਾਂ ਤੁਸੀਂ ਉਹ ਤੋਂ ਕੰਮ ਕਰਵਾਓਗੇ, ਬਿਲਕੁਲ, ਜਾਂ ਫਿਰ ਉਹ ਜਿਹੜਾ ਤੁਸੀਂ ਟੈਕਸ ਪੇ ਕਰ ਰਹੇ ਹੋ ਉਹਦੇ ਵਿੱਚੋਂ ਕੁਝ ਨਾ ਕੁਝ, ਕੁਝ ਨਾ, ਮਤਲਬ ਮੈਂ ਉਹਨੂੰ ਕੰਮ ਕਰਾਵਾਂ ਨਾ, ਪੇਰੋਲ ਜੇ ਚੱਲੇ ਤਾਂ ਮੈਨੂੰ ਟੈਕਸ ਭਰਨਾ ਹੀ ਪੈਣਾ। ਬਿਲਕੁਲ ਠੀਕ ਹੈ, ਠੀਕ ਹੈ ਨਾ? ਉਹ ਗਿਵ ਐਂਡ ਟੇਕ ਚਾਹੀਦੀ ਹੁੰਦੀ ਹੈ ਉਹਦੇ ਚੱਕਰ। ਜਦੋਂ ਪੁਰਾਣੇ ਟਾਈਮ ਤੋਂ ਮੈਂ ਕਹਾਂ, ਲਾਸਟ ਈਅਰ, ਮਿਡਲ ਆਫ ਦ ਲਾਸਟ ਈਅਰ ਤੋਂ ਪਹਿਲੇ ਪਹਿਲੇ ਜੀ, ਮੁਸ਼ਕਲ ਨਾਲ 10-15-20,000 ਤੱਕ, ਮੈਕਸੀਮਮ 20,000 ਤੱਕ ਅੱਛੇ ਲੈਵਲ ਦੇ ਜੋਬਸ ਆ ਰਹੀਆਂ ਸੀਗੀਆਂ ਔਰ ਵਿਦ ਕੰਮ ਆ ਰਹੀਆਂ ਸੀਗੀਆਂ, ਲੇਕਿਨ ਉਸ ਤੋਂ ਬਾਅਦ ਲੈ ਕੇ ਹੁਣ ਤੱਕ ਮਾਰਕੀਟ ਨੇ ਬਹੁਤ ਅੱਗੇ ਗਈ ਹੈ ਜੀ। ਗਈ ਕਿਉਂ ਹੈ? ਕਿਉਂਕਿ ਹੁਣ ਹਰ ਕੋਈ ਕਹਿ ਰਿਹਾ ਕਿ ਮੈਂ ਲੈ ਲਾ, ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਗਵਾਂ ਕਿ ਰਮਨ ਜੀ ਇਸ ਤਰ੍ਹਾਂ ਕੰਮ ਕਰਦੇ ਹਾਂ, ਬੰਦੇ ਦਾ ਕੰਮ ਕਰਨਾ, ਤੁਸੀਂ ਅੰਦਰੋਂ ਕੁਛ ਪੈਸੇ ਹੋ ਰਹੇ ਹੋ, ਠੀਕ ਹੈ? ਹੁਣ ਅੰਦਰਲੇ ਪੈਸੇ, ਇੰਡੀਆ ਵਾਲੀ ਕਾੜੀ, ਅੰਦਰੋਂ ਪੈਸੇ ਹਰ ਕਿਸੇ ਨੂੰ ਪਸੰਦ ਆਉਂਦੇ ਨੇ, ਪਰ ਇਹ ਚੀਜ਼ ਨੂੰ ਧਿਆਨ, ਮੂਲ ਨਾਲੋਂ ਵਿਆਜ ਪਿਆਰਾ। ਬਿਲਕੁਲ, ਲੇਕਿਨ ਇਹ ਤੁਸੀਂ ਬੜੀ ਅੱਛੀ ਗੱਲ ਕਹੀ ਕਿ ਜਿਸ ਤਰ੍ਹਾਂ ਲੋਕ ਮੰਗਦੇ ਨੇ, ਹੁਣ ਕਈ ਲੋਕਾਂ ਕੋਲ ਸਟੱਡੀਜ਼ ਜਿਹਾ ਕਿਸੇ ਕੋਲ ਐਕਸਪੀਰੀਅੰਸ ਨਹੀਂ ਹੈ, ਠੀਕ ਹੈ?
एक्सपीरियंस नहीं है वो करना चाह रहा वे तो उन्होंने सानू देखना पैंदा कि असं किसने हैंडल करा तद ही उसको कहने कि तू स्टडी परमिट सॉरी स्टूडेंट वीजा से आ जा तेरा काम सौखा हो जाएगा जी। ठीक है जो वो बंदा मैं कह रही हूँ एज तो ज्यादा है तो बिजनेस वाले ते आ जा या तो किसी होर वाइफ के नाम से आ जा या जो भी बच्चा हसबैंड वाइफ जो पढ़िया लिखा देर मैनी कैटेगरीज इन हीयर जिद असं बंद इतने इमीग्रेशन लैके आ सकते हैं लेकिन उन्होंने भी कई कहते नहीं जी असं तो कुछ करना नहीं सानू बस एल एम आई ए करा दो तो असं उसे जल आ जाइए बस उन्होंने यह है कि मैं एक ना मजाक वाली गल लगी है बख्श देना जी प्लीज कोई बुरी ना लगे मजाक वाली गल है कि जिस समय मैं कैनेडा तो उतरिया मैं एयरपोर्ट तो उतरिया मैं अगर जमीन से $10 मिले तो मैं कहता मैं बस उठते सर मैं डॉलर चकने कैनेडा वो नहीं है कैनेडा इज अ वेरी गुड कंट्री जी बड़ी अच्छी जिंदगी देती है लेकिन तुम यह ना सोचो कि इतना के तुम गलत काम करो बिल्कुल पर जो ये हासोहीनी गल की है ना वो मैंने भी याद आ गया पिछले पिंडा के कहते होंगे भी कैनेडा तो लोग ए समझते हैं भी तुम कैनेडा पहुंच गए तूड़ी के वगू ढेर लग्या पे डॉलर का बिल्कुल तंगली कट्ठे करने ब्रूम कहने ब्रूम तंगली कट्ठे करने डॉलर ढेर लगे पे तूड़ी वगू पर दर्शको जिहड़े भी तुहाडे दोस्त मित्र जां रिश्तेदार उत्थे बैठे उन्हां नूं इह समझाउणा बड़ा मुश्किल हुंदा असीं भी इन्हां चीज़ां चों गो थ्रू होए आ पर जो अज जिहड़ी जानकारी बनदी सी उह असीं तुहाडे तक पहुंचाई आ और तुहानूं किस तरह का लग्या प्रोग्राम तुसीं फीडबैक जरूर दिओ और 905-790-9099 स्टूडियो का नंबर है और जाते जाते आपां एक मिनट होर मेघना जी तो कोई खास कोई टिप जी इमीग्रेशन संबंधित जी स्टूडेंट्स नाल संबंधित है वो लवेंगे तो नाल ना तो उन्होंने फोन नंबर भी दोबारा जान दें जी मेघना जी डेफिनेटली जी मैं तुहानू स्टडी परमिट लिए छोटा जिहा टिप देवांगी कि हले भी जिहड़े बच्चे इत्थे आना चाह रहे ने आईएलटीएस दी डेट उत्थे टेस्ट हो रहे ने इंडिया विच ओदे बेसिस ते तुसी करके इत्थे आके तुहाडी स्टडी परमिट लग सकदा वे ऑनलाइन स्टडी तो ना डरो कोई असी स्टे कहते न्यूज़ नाल ध्यान रखो कि जिस तरह सबको रीसेंट न्यूज़ आएगी असं उन्होंने दस देवे कि इमीग्रेशन मिनिस्टर ने कोई नवी न्यूज़ दस दी है बट बी वेरी केयरफुल उस पर करते रहो एल एम आई के रिलेटिड डेफिनेटली बहुत जॉब्स आदि ने क्योंकि इतने जरूरत होंगी है अजक डेट कोविड देखा जाए कि इंप्लॉयमेंट के वैसे लोग परेशान हुए ने लेकिन इतने हूँ कैनेडा ऐसी कंट्री है जी इमीग्रेशन हाले होर वधाएगी इस चीज़ का हमेशा ख्याल रखना इमीग्रेशन वधाएगी क्योंकि कैनेडा जी कंपनी है सॉरी कंट्री है यह कह रही है कि असं जितनी इमीग्रेशन वधावे उतने पैसे बाहरों आएंगे मैं आ रही हूँ कंट्री मैं कंट्री च आ रही हूँ मैं कुछ तो लैके आवाँगी ठीक है ना तो वो बेसिस असं काम करा तो इस चीज़ करके बड़े तरीके सही तरीके वेरी फ्रेंडली सही तरीके इतने आओ ताकि इतने आके सैटल डाउन होकर तुम अपना काम करो गलत काम ना करो लंबे समय बाद आउण वाले दिन ट्राई करांगे कोशिश करांगे कि भी रन थ्रू और रेगुलर अपना जिहड़ा प्रोग्राम असीं पेश करिए ताकि जिहड़ी इमीग्रेशन नाल संबंधित जानकारी अपडेट है वो दर्शकों तक पहुंचदी हो जाए डेफिनेटली जी सो दर्शकों तुहाडा भी शुक्रिया और इसे तरीके दे नाल विजन पंजाब टीवी देखते रहो और प्रोग्राम है जिहड़ा असीं पेश कर रहे हैं वो भी जरूर देखिया करो विजन प्राइम टाइम शो प्रोग्राम का नाम है और सोमवार तो लैके वीरवार वाले दिन तक तुहाडी सेवा च हाजिर होंगे हैं 7 to 8 इसका समा होंगे 905-790-9099 स्टूडियो का नंबर होंगे जरूर कॉल कराया करो और फीडबैक दिया करो कोई तुसी भी कोई विषय सानू सुजैसट करो जिसके उपर असी काम कर सकी और बेहतर प्रोग्राम कर सकीए और आने वाले दिनों के जो एल एम आई ए फ्रॉड की गल की है असी इतों के लोकल जो ओंटारियो के लोकल एम पी पी है दीपक आनंद जी उन्होंने भी जिक्र करा असी उन्होंने इतने लैके आवेंगे उन्होंने जो प्रोग्राम रख्या बुधवार या वीरवार वाले दिन तो एक जड़ा असी कल विशा लेके आ रहे हैं बड़ा अजीबो गरीब विशा है वो है एक्सट्रा मैरिटल अफेयर्स की गल करा जिहड़ा भी विआह होने तो बाद भी कई बार असी कहने भी साडा जिहड़ा मेरी घरवाली दे नाल जां घरवाले दे नाल जिहड़ा वो राबता नहीं बनिया म्यूचुअल अंडरस्टैंडिंग नहीं बनी तां करके मेरे एक्सट्रा मैरिटल जिहड़े अफेयर शुरू हो गए है उहदे बारे असी चर्चा करांगे क्यों हुंदे आ क्यों कादे लई हुंदे आ और जे हो गया तां उहदे लक्षण की है किवें बचिया जा सकदा सो आने वाले दिनों के नवे मेहमान के नवे विषय फिर हाजिर होवांगे तद तक के लिए शुक्रिया जिउंदे रहो वसदे रहो घर च रहो शब्बा खैर।